ਜਸਟੀ ਦੇਖ ਰਹੇ ਤੁਸੀਂ ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਜੰਮੂ ਕਸ਼ਮੀਰ ਧਾਰਾ 370 ਹਟਾਉਣ ਤੋਂ ਬਾਅਦ 6 ਮਹੀਨੇ ਬੀਤ ਚੁੱਕੇ ਆ ਤੇ 6 ਮਹੀਨੇ ਬੀਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਨਾਂ ਸਦਨਾਂ ਦੇ ਵਿੱਚ ਕਸ਼ਮੀਰ ਦਾ ਜ਼ਿਕਰ ਕੀਤਾ। ਰਾਸ਼ਟਰਪਤੀ ਦੇ ਭਾਸ਼ਣ ਦੇ ਜਵਾਬ ਦੇ ਵਿੱਚ ਜਦੋਂ ਸੰਬੋਧਨ ਕਰ ਰਹੇ ਸੀ ਉਦੋਂ ਉਹਨਾਂ ਨੇ ਕਸ਼ਮੀਰ ਦਾ ਜ਼ਿਕਰ ਕੀਤਾ। ਦੋਨਾਂ ਸਦਨਾਂ ਦੇ ਵਿੱਚ ਪ੍ਰਾਪਤੀ ਦੱਸਿਆ ਧਾਰਾ 370 ਹਟਾਉਣ ਨੂੰ ਤੇ ਇਸ ਸਭ ਦੇ ਵਿਚਾਰੇ ਵਿਰੋਧੀਆਂ ਨੇ ਸਵਾਲ ਵੀ ਖੜੇ ਕੀਤੇ ਆ ਕਿ 6 ਮਹੀਨੇ ਤੋਂ ਲੋਕ ਤਾਲੇ ਵਿੱਚ ਕਿਉਂ ਨੇ ਜੇ ਉੱਥੇ ਵਿਕਾਸ ਦੀ ਰਫ਼ਤਾਰ ਇੰਨੀ ਤੇਜ਼ ਹੋ ਗਈ ਆ ਤੇ ਸਭ ਕੁਝ ਉੱਥੇ ਠੀਕ ਹੋ ਗਿਆ ਤਾਂ ਫਿਰ ਜਿਹੜੇ ਨੇਤਾ ਉੱਥੇ ਉਹਨਾਂ 'ਤੇ ਸ਼ਿਕੰਜਾ ਕਿਉਂ ਕੱਸਿਆ ਹੋਇਆ। ਬਹੁਤ ਸਾਰੇ ਸਵਾਲ ਹੈ ਸਾਰੇ ਹੋਣਗੇ, ਸੰਜੀਦਗੀ ਵਾਲੀ ਇਹ ਚਰਚਾ ਮੰਗਦੀ ਹੈ ਕਸ਼ਮੀਰ ਦਾ ਮੁੱਦਾ ਤੇ ਇਸੇ ਕਰਕੇ ਸਵਾਲ ਅਸੀਂ ਇੱਕੋ ਹੀ ਪੁੱਛਾਂਗੇ, ਕਿੱਥੇ ਖੜੀ ਕਸ਼ਮੀਰ ਦੀ ਕਿਸ 'ਤੇ। ਅਸੀਂ ਬਹਿਸ ਕਿਉਂ ਕਰ ਰਿਹਾ ਟੂ ਦਾ ਪੁਆਇੰਟ ਵਿੱਚ ਤੁਹਾਨੂੰ ਪੁਆਇੰਟ ਟੂ ਪੁਆਇੰਟ ਫਟਾਫਟ ਦੱਸ ਦਈਏ। ਦੋਨਾਂ ਸਦਨਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਧਾਰਾ 370 ਹਟਾਉਣ ਨੂੰ ਦੱਸਿਆ ਵੱਡੀ ਪ੍ਰਾਪਤੀ। ਰਾਸ਼ਟਰਪਤੀ ਦੇ ਭਾਸ਼ਣ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਸ਼ਮੀਰ ਦਾ ਜ਼ਿਕਰ ਕੀਤਾ। ਧਾਰਾ 370 ਹਟਾਉਣ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਪਹਿਲੀ ਵਾਰ ਬਹੁਤ ਕੁਝ ਹੋਇਆ, ਉਹਨਾਂ ਨੇ ਦੱਸਿਆ ਵੀ ਹੈ ਕਿ ਪਹਿਲੀ ਵਾਰ ਕੀ ਕੁਝ ਹੋਇਆ ਉੱਥੇ, ਉਹਨਾਂ ਨੇ ਤਰਤੀਬ ਵਾਈਜ਼ ਸਾਰਾ ਕੁਝ ਗਿਣਾਇਆ ਵੀ ਹੈਗਾ ਉੱਥੇ। ਕਸ਼ਮੀਰ ਦੀ ਆਵਾਮ 'ਤੇ ਮੈਨੂੰ ਵਿਸ਼ਵਾਸ ਹੈ, ਵਿਰੋਧੀ ਝੂਠ ਨਾ ਬੋਲਣ, ਇਹ ਵੀ ਪ੍ਰਧਾਨ ਮੰਤਰੀ ਸਾਹਿਬ ਲਿਖਿਆ। ਕਸ਼ਮੀਰ ਦੇ ਲੋਕਾਂ 'ਤੇ ਵਿਸ਼ਵਾਸ ਤਾਂ ਫਿਰ 6 ਮਹੀਨੇ ਤੋਂ ਲੋਕ ਤਾਲੇ ਵਿੱਚ ਕਿਉਂ ਹੈ, ਇਹ ਕਾਂਗਰਸ ਟਵੀਟ ਕਰ ਰਹੀ ਹੈ। 6 ਮਹੀਨੇ ਪਹਿਲਾਂ 5 ਅਗਸਤ 2019 ਨੂੰ ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਈ ਗਈ ਸੀ, 6 ਮਹੀਨੇ ਹੋ ਗਏ। ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕੀ ਹੈ ਪਹਿਲਾਂ ਸੁਣ ਲਈਏ। ਮੈਂ ਜਰਾ ਇਨਕੋ ਪੁੱਛਣਾ ਚਾਹਤਾ ਹੂੰ, ਅਗਰ ਸੰਵਿਧਾਨ ਇਤਨਾ ਮਹੱਤਵਪੂਰਨ ਹੈ ਜੋ ਹਮ ਮਾਨਤੇ ਹੈ, ਅਗਰ ਆਪ ਮਾਨਤੇ ਹੋਤੇ ਤੋ ਜੰਮੂ ਕਸ਼ਮੀਰ ਮੈਂ ਹਿੰਦੁਸਤਾਨ ਕਾ ਸੰਵਿਧਾਨ ਲਾਗੂ ਕਰਨੇ ਮੈਂ ਆਪਕੋ ਕਿਸਨੇ ਰੋਕਾ। ਜੰਮੂ ਕਸ਼ਮੀਰ ਕੇ ਮੇਰੇ ਭਾਈਓ ਬਹਿਨੋ ਕੋ ਵੰਚਿਤ ਰੱਖਣੇ ਕਾ ਪਾਪ ਕਿਸਨੇ ਕੀਆ ਥਾ। ਔਰ ਸਸ਼ੀ ਜੀ, ਆਪ ਤੋ ਜੰਮੂ ਕਸ਼ਮੀਰ ਕੇ ਦਾਮਾਦ ਰਹੇ ਹੈ, ਅਰੇ ਉਨ ਬੇਟੀਓ ਕੀ ਚਿੰਤਾ ਕਰਤੇ। ਕਸ਼ਮੀਰ ਕਸ਼ਮੀਰ ਇਹ ਭਾਰਤ ਕਾ ਮੁਕਟਮਣੀ ਹੈ, ਕਸ਼ਮੀਰ ਇਹ ਭਾਰਤ ਕਾ ਮੁਕਟਮਣੀ ਹੈ। ਮਾਨਯ ਅਧਿਕ ਜੀ, ਕਸ਼ਮੀਰ ਕੀ ਆਈਡੈਂਟਿਟੀ ਬਮ ਬੰਦੂਕ ਔਰ ਅਲਗਾਵਾਦ ਬਣਾ ਦੀ ਗਈ ਥੀ। ਕਸ਼ਮੀਰ ਕੀ ਆਈਡੈਂਟਿਟੀ ਸੂਫੀ ਪਰੰਪਰਾ ਹੈ, ਕਸ਼ਮੀਰ ਕੀ ਆਈਡੈਂਟਿਟੀ ਸਰਵਪੰਥ ਸੰਭਾਵ ਕੀ ਹੈ। ਕਸ਼ਮੀਰ ਕੇ ਪ੍ਰਤੀਨਿਧੀ ਮਾਂ ਲਾਲਦੇੜ, ਨੰਦ ਰੂਸੀ, ਸੈਯਦ ਬੁਲਬੁਲ ਸ਼ਾਹ, ਮੀਰ ਸੈਯਦ ਅਲੀ ਹਮਦਾਨੀ, ਇਹ ਕਸ਼ਮੀਰ ਕੀ ਆਈਡੈਂਟਿਟੀ ਹੈ। ਮਾਨਯ ਅਧਿਕ ਜੀ, ਮਾਨਯ ਅਧਿਕ ਜੀ, ਇਹ ਉਹ ਲੋਕ ਹੈ ਜਿਨਕੋ ਕਸ਼ਮੀਰ ਕੀ ਆਵਾਮ ਪੇ ਭਰੋਸਾ ਨਹੀਂ ਹੈ, ਔਰ ਇਸ ਲਈ ਐਸੀ ਭਾਸ਼ਾ ਬੋਲਤੇ ਹੈ। ਹਮ ਵੋ ਹੈ ਜਿਨਕੋ ਕਸ਼ਮੀਰ ਕੀ ਆਵਾਮ ਪੇ ਭਰੋਸਾ ਹੈ। ਹਮਨੇ ਭਰੋਸਾ ਕੀਆ, ਹਮਨੇ ਕਸ਼ਮੀਰ ਕੀ ਆਵਾਮ ਪੇ ਭਰੋਸਾ ਕੀਆ, ਔਰ ਆਰਟੀਕਲ 370 ਕੋ ਹਟਾਇਆ, ਔਰ ਆਜ ਤੇਜ ਗਤੀ ਸੇ ਵਿਕਾਸ ਵੀ ਕਰ ਰਹੇ ਹੈ। ਵੱਡਾ ਸਵਾਲ ਇੱਕੋ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ, ਸਵਾਲ ਇਹ ਪੁੱਛਿਆ ਜਾਵੇਗਾ ਧਾਰਾ 370 ਹਟਾਉਣ ਦੇ 6 ਮਹੀਨੇ ਬਾਅਦ ਜੰਮੂ ਕਸ਼ਮੀਰ ਦੀ ਕਿਹੜੀ ਤਸਵੀਰ 'ਤੇ ਤਕਰਾਰ ਹੈ। ਇਸ ਸਵਾਲ 'ਤੇ ਬਹਿਸ ਕਰਾਂਗੇ, ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਦਾ ਤਾਰੁਫ ਕਰਾ ਰਿਹਾ। ਇਸ ਪੈਨਲ ਨੂੰ ਜੰਮੂ ਕਸ਼ਮੀਰ ਬਾਰੇ ਬਹੁਤ ਨਜ਼ਦੀਕੀ ਇਹਨਾਂ ਦੀ ਰਹੀ ਆ ਅਤੇ ਉੱਥੋਂ ਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਆ ਅਤੇ ਕਈ ਹੁਣੇ ਹੁਣੇ ਹੋ ਕੇ ਵੀ ਆਏ ਆ, ਉਹਨਾਂ ਬਾਰੇ ਮੈਂ ਸਾਰਾ ਵਿਸਥਾਰ ਸਾਰ ਤੁਹਾਨੂੰ ਦੱਸ ਦਿੰਦਾ। ਵਿਕਰਮਜੀਤ ਸਿੰਘ ਸੀਨੀਅਰ ਜਰਨਲਿਸਟ ਨੇ, ਵਿਕਰਮਜੀਤ ਸਿੰਘ ਹਰਾਂ ਦੀ ਬਤੌਰ ਜਰਨਲਿਸਟ ਉੱਥੇ ਪੋਸਟਿੰਗ ਰਹੀ ਹੈ। ਇਹਨਾਂ ਨੇ ਕਰਗਿਲ ਵੀ ਕਵਰ ਕੀਤਾ ਹੋਇਆ ਅਤੇ ਹੋਰ ਜੰਮੂ ਕਸ਼ਮੀਰ ਦੇ ਵਿੱਚ ਭੂਗੋਲਿਕ ਹਾਲਾਤ ਅਤੇ ਸਿਆਸੀ ਹਾਲਾਤ ਹੈ ਅਤੇ ਸੁਰੱਖਿਆ ਕਾਰਨਾਂ ਕਰਕੇ ਜਿਹੜੇ ਹਾਲਾਤ ਪੈਦਾ ਹੁੰਦੇ ਆ ਉਹਦੇ ਬਾਰੇ ਚੰਗੀ ਜਾਣਕਾਰੀ ਰੱਖਦੇ ਆ ਵਿਕਰਮਜੀਤ ਸਿੰਘ, ਇਸ ਕਰਕੇ ਮੈਂ ਸੋਚਿਆ ਵਿਕਰਮਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ ਅਕਸਰ ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਸਾਡੇ ਨਾਲ ਡਿਬੇਟ ਵਿੱਚ ਮੌਜੂਦ ਹੁੰਦੇ, ਅੱਜ ਵੀ ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਬੈਠੇ ਨੇ, ਪਰ ਇਹ ਹੁਣੇ ਹੁਣੇ ਉੱਥੋਂ ਦਾ ਦੌਰਾ ਕਰਕੇ ਆਏ ਆ, ਉੱਥੇ ਦੇਖ ਕੇ ਆਏ ਆ ਕਿ ਤਾਜ਼ਾ ਹਾਲਾਤ ਕੀ ਹੈ ਅਤੇ ਜਿੰਨਾ ਕਿ ਦੇਖ ਸਕੇ ਆ, ਜਿੰਨਾ ਕਿ ਜਾਣ ਸਕੇ ਆ, ਇਹਨਾਂ ਦੀ ਜਵਾਨੀ ਸਮਝਣ ਦੀ ਕੋਸ਼ਿਸ਼ ਕਰਾਂਗੇ, ਜੋ ਇਹਨਾਂ ਨੇ ਦੇਖਿਆ ਹੈਗਾ ਉਸ 'ਤੇ ਕਿੰਨਾ ਵਿਸ਼ਵਾਸ ਕੀਤਾ ਜਾਵੇ, ਇਹਨਾਂ ਦੀਆਂ ਆਪਦੀਆਂ ਅੱਖਾਂ ਨੂੰ ਵਿਸ਼ਵਾਸ ਹੋਇਆ ਜਾਂ ਨਹੀਂ ਹੋਇਆ, ਉਹ ਵੀ ਇਹਨਾਂ ਤੋਂ ਸਵਾਲ ਹੋਣਗੇ ਜ਼ਰੂਰ। ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਗਰੇਵਾਲ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆ, ਸੰਘ ਦਾ ਇੱਕ ਵਿੰਗ ਹੈਗਾ ਸਹਿਕਾਰ ਭਾਰਤੀ, ਉੱਤਰੀ ਜ਼ੋਨ ਦੇ ਇਹ ਨੁਮਾਇੰਦੇ ਹੈਗੇ ਅਤੇ ਇਹਨਾਂ ਨੂੰ ਅਕਸਰ ਉਧਰਲੇ ਇਲਾਕਿਆਂ ਵਿੱਚ ਜਾਣ ਦਾ ਮੌਕਾ ਮਿਲਦਾ ਹੈਗਾ, ਸੰਘ ਦੀ ਵਿਚਾਰਧਾਰਾ ਨੂੰ ਫੈਲਾਉਣ ਦਾ ਮੌਕਾ ਮਿਲਦਾ ਹੈਗਾ, ਇਸ ਲਈ ਇਹਨਾਂ ਨੂੰ ਇੱਥੇ ਸੱਦਿਆ ਕਿ ਇਹਨਾਂ ਨੂੰ ਉੱਥੋਂ ਦੀ ਸਥਿਤੀ ਬਾਰੇ ਵੀ ਬਿਹਤਰ ਪਤਾ ਹੈਗਾ। ਗਰੇਵਾਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਹਰਦੀਪ ਸਿੰਘ ਕਿੰਗਰਾ
ਇਹ ਵੈਸੇ ਕਾਂਗਰਸ ਦੇ ਬੁਲਾ ਰਿਹਾ ਪਰ ਜੰਮੂ ਕਸ਼ਮੀਰ ਬਾਰੇ ਇਹਨਾਂ ਨੇ ਬਹੁਤ ਸਟੱਡੀ ਕੀਤਾ ਹੋਇਆ ਅਤੇ ਕਾਂਗਰਸ ਦੇ ਬਾਰੇ ਜੋ ਟਿੱਪਣੀਆਂ ਪ੍ਰਧਾਨ ਮੰਤਰੀ ਸਾਹਿਬ ਨੇ ਸਦਨ ਦੇ ਵਿੱਚ ਕੀਤੀਆਂ ਹੈਗੀਆਂ ਉਹਨਾਂ ਬਾਰੇ ਵੀ ਇਹ ਚੰਗੀ ਤਰ੍ਹਾਂ ਜਾਣਦੇ ਆ ਅਤੇ ਜੰਮੂ ਕਸ਼ਮੀਰ ਦੇ ਤਾਜ਼ਾ ਹਾਲਾਤਾਂ ਬਾਰੇ ਕਾਂਗਰਸ ਦਾ ਕੀ ਸਟੈਂਡ ਹੈਗਾ ਉਸ ਬਾਰੇ ਵੀ ਇਹ ਬਿਹਤਰ ਢੰਗ ਨਾਲ ਜਵਾਬ ਦੇ ਸਕਦੇ ਆ ਇਸ ਕਰਕੇ ਇਹਨਾਂ ਨੂੰ ਇੱਥੇ ਸੱਦਿਆ ਕਿਉਂਕਿ ਇਹ ਸਰਕਾਰੀ ਨੌਕਰੀ ਦੇ ਦੌਰਾਨ ਅਤੇ ਹੋਰ ਜਿਹੜੇ ਵੱਡੇ ਵੱਡੇ ਮੰਤਰੀਆਂ ਦੇ ਨਾਲ ਇਹ ਰਹੇ ਆ ਇਹਨਾਂ ਦੀਆਂ ਡਿਊਟੀਆਂ ਉੱਥੇ ਲੱਗਦੀਆਂ ਰਹੀਆਂ ਅਤੇ ਜੰਮੂ ਕਸ਼ਮੀਰ ਨੂੰ ਬਹੁਤ ਨੇੜਿਓਂ ਇਹਨਾਂ ਨੇ ਤੱਕਿਆ ਇਸ ਕਰਕੇ ਕੈਂਗਰਾ ਸਾਹਿਬ ਨੂੰ ਸੱਦਿਆ ਹਰਦੀਪ ਸਿੰਘ ਕੈਂਗਰਾ ਤੁਹਾਡਾ ਬਹੁਤ ਸਵਾਗਤ ਹੈ ਸਭ ਤੋਂ ਪਹਿਲਾ ਸਵਾਲ ਹਰਜੀਤ ਸਿੰਘ ਗਰੇਵਾਲ ਤੁਹਾਨੂੰ ਕਰਨਾ ਚਾਹੁੰਗਾ ਗਰੇਵਾਲ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ ਜੰਮੂ ਕਸ਼ਮੀਰ ਵਿੱਚ ਜੋ ਪਹਿਲਾਂ ਨਹੀਂ ਹੋਇਆ ਸੀ ਉਹ ਹੁਣ ਹੋ ਰਿਹਾ ਉੱਥੇ ਸਭ ਕੁਝ ਦਰੁਸਤ ਹੈਗਾ ਫਿਰ ਵਿਰੋਧੀ ਤੁਹਾਡੇ 'ਤੇ ਸਵਾਲ ਕਿਉਂ ਚੱਕਦੇ ਪਏ ਇਸ ਤਰ੍ਹਾਂ ਉੱਥੇ ਜਿਹੜੀ ਪਹਿਲਾਂ ਆਰਮੀ ਪੈਰਾਮਿਲਟਰੀ ਫੋਰਸਿਸ ਔਰ ਲੋਕਲ ਪੁਲਿਸ ਸੀ ਇਹਨਾਂ ਦੀ ਕੋਆਰਡੀਨੇਸ਼ਨ ਨਹੀਂ ਸੀ ਉਹ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਜੁਆਇੰਟਲੀ ਕੰਮ ਕਰਦੇ ਪਏ ਬਿਲਕੁਲ ਕਰ ਰਹੇ ਔਰ ਬਹੁਤ ਬਿਹਤਰ ਕਰ ਰਹੇ ਆ ਔਰ ਟੈਰਰਿਜ਼ਮ ਦਾ ਉੱਥੇ ਉਹਨਾਂ ਨੇ ਲੱਕ ਤੋੜ ਕੇ ਰੱਖਤਾ ਔਰ ਕਸ਼ਮੀਰ ਦੇ ਅੰਦਰ ਜੰਮੂ ਦੇ ਅੰਦਰ ਜਾ ਕੇ ਦੇਖੋ ਪਹਿਲਾਂ ਨਾਲੋਂ ਬਿਲਕੁਲ ਸ਼ਾਂਤ ਆ ਉਸ ਤਰ੍ਹਾਂ ਦੀ ਗੱਲ ਨਹੀਂ ਹੈ ਜੋ ਪਹਿਲਾਂ ਸੀ ਇਹ ਜ਼ਰੂਰ ਸੀ ਕਿ ਪਹਿਲਾਂ ਬਿਜ਼ਨਸ ਸਲੋ ਹੋਇਆ ਪਰ ਉਸ ਤੋਂ ਬਾਅਦ ਉਹ ਵੀ ਹੌਲੀ ਹੌਲੀ ਲਾਈਨ 'ਤੇ ਆ ਰਿਹਾ ਔਰ ਉੱਥੋਂ ਦੀ ਡਿਵੈਲਪਮੈਂਟ ਦੇ ਲਈ ਵੀ ਜਿਹੜੀਆਂ ਕੌਂਸਲ ਚੁਣਾਵ ਸੀ ਉਹ ਵੀ ਹੋਏ ਆ ਔਰ ਡੈਮੋਕ੍ਰੇਟਿਕ ਪ੍ਰੋਸੈਸ ਵੀ ਚਾਲੂ ਹੋਇਆ ਔਰ ਮੈਂ ਸਮਝਦਾ ਕਿ ਆਉਣ ਵਾਲੇ ਇੱਕ ਆਰਟੀਆਈ ਦੱਸਦੀ ਹੈ ਗਰੇਵਾਲ ਸਾਹਿਬ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇੱਕ ਆਰਟੀਆਈ ਦੱਸਦੀ ਹੈ ਅਗਸਤ ਤੋਂ ਦਸੰਬਰ ਤੱਕ 86% ਦਾ ਜਿਹੜੇ ਉਹ ਟੂਰਿਜ਼ਮ ਘਟਿਆ ਉੱਥੇ ਟੂਰਿਸਟ ਘਟਿਆ ਇੱਕ ਜਿਹੜੀ ਸਟੱਡੀ ਇਹ ਦੱਸਦੀ ਹੈਗੀ ਆ ਕਿ ਦਸੰਬਰ ਦੇ ਪਹਿਲੇ ਹਫ਼ਤੇ ਤੱਕ 18,000 ਕਰੋੜ ਦਾ ਨੁਕਸਾਨ ਹੋਇਆ ਕਸ਼ਮੀਰ ਦੇ ਵਿੱਚ ਹੁਣ ਤੁਸੀਂ ਅੱਗੇ ਵਧੋ ਇਸ ਤਰ੍ਹਾਂ ਉਹਦਾ ਕਾਰਨ ਕੀ ਹੈ ਕਿ ਸਾਡੇ ਜਿਹੜੇ ਪੋਲੀਟੀਕਲ ਲੋਕ ਨੇ ਵਿਰੋਧੀ ਨੇ ਉਹ ਬਹੁਤ ਹੀ ਜ਼ਿਆਦਾ ਸ਼ੋਰ ਸ਼ਰਾਬਾ ਕਰਦੇ ਇਹਨਾਂ ਮਸਲਿਆਂ 'ਤੇ ਅਤੇ ਇਹਦਾ ਪ੍ਰਭਾਵ ਜ਼ਰੂਰ ਪੈਂਦਾ ਪਰ ਐਸਾ ਨਹੀਂ ਕਿ ਸਰਕਾਰੀ ਫੈਸਲਿਆਂ ਦਾ ਕੋਈ ਨੁਕਸਾਨ ਹੋਇਆ ਔਰ ਡਿਸੀਜਨ ਇਹ ਆਖਰ ਲੈਣਾ ਹੀ ਪੈਣਾ ਸੀ ਸਾਡਾ ਕੰਸਟੀਟਿਊਸ਼ਨ ਉੱਥੇ ਇੰਪਲੀਮੈਂਟ ਹੋਇਆ ਪ੍ਰਧਾਨ ਮੰਤਰੀ ਜੀ ਨੇ ਦੱਸਿਆ ਅਤੇ ਔਰ ਮੈਂ ਸਮਝਦਾ ਕਿ ਉਹ ਵੀ ਦੇਸ਼ ਦੇ ਨਾਲ ਉਹਨਾਂ ਦੀ ਵਿਕਾਸ ਦੀ ਗਤੀ ਤੇਜ਼ ਹੋਏਗੀ ਉਸ ਤੋਂ ਪਹਿਲਾਂ ਵਿਕਾਸ ਨਹੀਂ ਹੋ ਰਿਹਾ ਸੀ ਨਹੀਂ ਉਸ ਤੋਂ ਪਹਿਲਾਂ ਨਹੀਂ ਹੋ ਰਿਹਾ ਸੀ ਉਹ ਜਿਹੜਾ ਐਂਟੀ ਕਰਪਸ਼ਨ ਆ ਪਹਿਲੀ ਵਾਰ ਬਿਊਰੋ ਉੱਥੇ ਬਣਾਇਆ ਗਿਆ ਔਰ ਪਹਿਲਾਂ ਉੱਥੇ ਕਰਪਸ਼ਨ ਇੰਨੀ ਜ਼ਿਆਦਾ ਸੀ ਕਿ ਉਸ ਨੂੰ ਕੋਈ ਪੁੱਛ ਵੀ ਨਹੀਂ ਸਕਦਾ ਸੀ ਇਸ ਤਰ੍ਹਾਂ ਦੇ ਹਾਲਾਤ ਸੀ ਉੱਥੇ ਅਤੇ ਉਹਦੀ ਵੀ ਕੋਈ ਜਾਂਚ ਨਹੀਂ ਹੁੰਦੀ ਇੱਕ ਪਾਸੇ ਤੁਸੀਂ ਕਹਿੰਦੇ ਕਰਪਸ਼ਨ ਉੱਥੇ ਬਹੁਤ ਜ਼ਿਆਦਾ ਸੀ ਇੱਕ ਪਾਸੇ ਤੁਸੀਂ ਕਹਿੰਦੇ ਤੁਹਾਨੂੰ ਕਸ਼ਮੀਰੀਆਂ 'ਤੇ ਵਿਸ਼ਵਾਸ ਹੈ ਨਹੀਂ ਕਸ਼ਮੀਰੀਆਂ 'ਤੇ ਵਿਸ਼ਵਾਸ ਹੈ ਕਰਪਸ਼ਨ ਕਰਦੀਆਂ ਨੇ ਜਿਹੜੇ ਸਰਕਾਰ ਕਸ਼ਮੀਰੀ ਕਰਪਸ਼ਨ ਕਰ ਰਹੇ ਸੀ ਨਾ ਮਤਲਬ ਜਿਹੜੀ ਸਰਕਾਰ ਆਉਂਦੀ ਹੈ ਉੱਥੇ ਔਰ ਜਿਹੜੀ ਬਿਊਰੋਕਰੇਸੀ ਹੁੰਦੀ ਆ ਉਹਨਾਂ ਲੋਕਾਂ 'ਤੇ ਡਿਪੈਂਡ ਕਰਦਾ ਸਭ ਕੁਝ ਦਰੁਸਤ ਹੈ ਇਸ ਵਕਤ ਕਰਪਸ਼ਨ ਆਮ ਜਨਤਾ ਨਹੀਂ ਕਰ ਸਕਦੀ ਗਰੇਵਾਲ ਸਾਹਿਬ ਸਭ ਕੁਝ ਦਰੁਸਤ ਹੈ ਉੱਥੇ ਦਰੁਸਤ ਕਰਨ ਦੀ ਤਰਫ ਅਸੀਂ ਵੱਧ ਰਹੇ ਹਾਂ ਹੋ ਰਿਹਾ ਦਰੁਸਤ ਨਹੀਂ ਜੇ ਦਰੁਸਤ ਹੋ ਰਿਹਾ ਫਿਰ ਨੇਤਾ 'ਤੇ ਜਿਹੜਾ ਨੈੱਟ ਹੈ ਉਹਨਾਂ 'ਤੇ ਕੰਟਰੋਲ ਕਿਉਂ ਕੀਤਾ ਹੈ ਉਹ ਵੀ ਹੌਲੀ ਹੌਲੀ ਉਹਨਾਂ ਨੂੰ ਵੀ ਛੱਡ ਹਰਦੀਪ ਸਿੰਘ ਕੰਗਰਾ ਤੁਸੀਂ ਕਿਉਂ ਸਵਾਲ ਇਹ ਚੱਕਦੇ ਪਏ ਹੋ ਸਰਕਾਰ 'ਤੇ ਤੁਹਾਨੂੰ ਤਾਂ ਸਰਕਾਰ ਦੇ ਨਾਲ ਖੜਨਾ ਚਾਹੀਦਾ ਜੇ ਇਹਨਾਂ ਨੇ ਐਡਾ ਵੱਡਾ ਕਦਮ ਚੁੱਕਿਆ ਹੈਗਾ ਅਤੇ ਜੇ ਤੁਹਾਨੂੰ ਉੱਥੇ ਦੇ ਹਾਲਾਤ ਨਹੀਂ ਪਤਾ ਹੈਗੇ ਸਰਕਾਰ ਦੱਸਦੀ ਪਈ ਹੈ ਸੁਣ ਲਓ ਇਹਨਾਂ ਤੋਂ ਦੇਖੋ ਕੇ ਪੀ ਦੋ ਗੱਲਾਂ ਹੈ ਸਭ ਤੋਂ ਪਹਿਲੀ ਗੱਲ ਤਾਂ ਮੈਂ ਇੱਕ ਕਲੀਅਰ ਕਰ ਦੇਣਾ ਚਾਹੁੰਦਾ ਆਪਣੇ ਵੱਲੋਂ ਵੀ ਅਤੇ ਪਾਰਟੀ ਵੱਲੋਂ ਵੀ ਕਿ ਕਸ਼ਮੀਰ ਭਾਰਤ ਦਾ ਇੱਕ ਅਟੁੱਟ ਅੰਗ ਹੈ ਇਹਦੇ ਵਿੱਚ ਅਸੀਂ ਕਦੇ ਡਿਫਰ ਨਹੀਂ ਕਰਦੇ ਨਾ ਸਾਡੀ ਕੋਈ ਦੋ ਰਾਏ ਹੈ ਕਸ਼ਮੀਰ ਭਾਰਤ ਦਾ ਇੱਕ ਹਿੱਸਾ ਹੈ ਹੁਣ ਜਦੋਂ ਵੀ ਤੁਸੀਂ ਕੋਈ ਸਿਆਸੀ ਫੈਸਲੇ ਕਰਦੇ ਹੋ ਹਾਲਾਤ ਵੇਖ ਕੇ ਫੈਸਲੇ ਕੀਤੇ ਜਾਂਦੇ ਹੈ ਜਿਸ ਦਿਨ ਭਾਰਤ ਆਜ਼ਾਦ ਹੋਇਆ ਸੀ ਬੀਜੇਪੀ ਦਾ ਉਸ ਦਿਨ ਵਜੂਦ ਤੱਕ ਨਹੀਂ ਸੀ ਅਤੇ ਸਿਆਸਤ ਦੇ ਵਿੱਚ ਕਿੱਥੋਂ ਆਉਣਾ ਸੀ ਇਹਨਾਂ ਨੇ ਪਾਲਸੀਆਂ 'ਚ ਕਿੱਥੋਂ ਹਿੱਸਾ ਲੈਣਾ ਸੀ ਜਿਹਦਾ ਵਜੂਦ ਹੀ ਨਹੀਂ ਸੀ ਸੋ ਇਹ ਕਹਿ ਦੇਣਾ ਕਿ ਮੈਂ ਬਹੁਤ ਚੰਗੇ ਫੈਸਲੇ ਲੈਣਾ ਜਾਂ ਇਹ ਕਹਿ ਦੇਣਾ ਕਿ ਐਟਮ ਬੰਬ ਕਿਉਂ ਨਹੀਂ ਸਿੱਟਿਆ ਸੀ ਪਹਿਲੀ ਵਰਲਡ ਵਾਰ ਦੇ ਵਿੱਚ ਕਿਉਂਕਿ ਐਟਮ ਬੰਬ ਉਦੋਂ ਬਣਿਆ ਹੀ ਨਹੀਂ ਸੀ ਹਲੇ ਸੋ ਹਾਲਾਤਾਂ ਨੂੰ ਵੇਖ ਕੇ ਫੈਸਲੇ ਲਏ ਜਾਂਦੇ ਨੇ ਮੌਕੇ ਦੀਆਂ ਸਰਕਾਰਾਂ ਨੇ 47 ਜਿਹੜੇ ਬੰਦੇ ਸਰਕਾਰਾਂ ਚਲਾ ਰਹੇ ਸੀ ਉਹਨਾਂ ਨੇ ਉਹ ਫੈਸਲੇ ਲਏ ਜਿਹੜੇ ਉਦੋਂ ਜ਼ਰੂਰੀ ਸੀ ਕਸ਼ਮੀਰ ਦੀ ਹੱਦ ਲੱਗਦੀ ਸੀ ਪਾਕਿਸਤਾਨ ਦੇ ਨਾਲ ਖੜੇ ਹੋ ਕੇ ਇਹ ਗੱਲ ਕਹਿੰਦੇ ਆ ਕਿ ਕਿਸੇ ਨੇ ਪ੍ਰਧਾਨ ਮੰਤਰੀ ਬਣਨਾ ਸੀ ਇਸ ਲਈ ਦੇਸ਼ 'ਚ ਲਕੀਰ ਖਿੱਚਤੀ ਉਹਨਾਂ ਨੇ ਬਿਲਕੁਲ ਨਹੀਂ ਕਿਸੇ ਨੇ ਪ੍ਰਧਾਨ ਮੰਤਰੀ ਨਹੀਂ ਸੀ ਬਣਨਾ ਜੇ ਤੁਸੀਂ ਆਜ਼ਾਦੀ ਦੀ ਲੜਾਈ ਬਾਰੇ ਜਿਹੜੇ ਪ੍ਰਧਾਨ ਮੰਤਰੀ ਦੇ ਐਡਵਾਈਜ਼ਰ ਹੈ ਉਹਨਾਂ ਨੂੰ ਪ੍ਰੋਪਰਲੀ ਬਰੀਫ ਕਰਨਾ ਚਾਹੀਦਾ ਕਿੰਨਾ ਹਾਲਾਤਾਂ ਦੇ ਵਿੱਚ ਪਾਰਟੀਸ਼ਨ ਹੋਈ ਹੈ ਕਿੰਨਾ ਹਾਲਾਤਾਂ ਦੇ ਵਿੱਚ ਭਾਰਤ ਨੂੰ ਆਜ਼ਾਦੀ ਮਿਲੀ ਹੈ ਕਿਸ ਤਰ੍ਹਾਂ ਲੇਬਰ ਪਾਰਟੀ ਨੇ ਆਪਣਾ ਰੈਜ਼ੋਲਿਊਸ਼ਨ ਪਾਇਆ ਭਾਰਤ ਨੂੰ ਆਜ਼ਾਦੀ ਦੇਣ ਦਾ ਇਹ ਸਾਰੀਆਂ ਗੱਲਾਂ ਨੂੰ ਲਿੰਕ ਕਰਕੇ ਗੱਲ ਕਰਨੀ ਚਾਹੀਦੀ ਹੈ ਔਰ ਬੀਜੇਪੀ ਦੇ ਆਪਣੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਸਦਨ ਵਿੱਚ ਉਹਨਾਂ ਦੇ ਵਿਚਾਰ ਜਿਹੜੇ ਤੁਸੀਂ ਸੱਚ ਬੋਲਦੇ ਪਏ ਹੋ ਜਾਂ ਪ੍ਰਧਾਨ ਮੰਤਰੀ ਸਾਹਿਬ ਸੱਚ ਨਹੀਂ ਜੀ ਨਹੀਂ ਪ੍ਰਧਾਨ ਮੰਤਰੀ ਦੇਖੋ ਤੁਸੀਂ ਕੀ ਕਹਿੰਦੇ ਹੋ ਇਹ ਨਹੀਂ ਮੈਟਰ ਕਰਦਾ ਤੁਸੀਂ ਕਿੱਥੋਂ ਕਹਿੰਦੇ ਹੋ ਇਹ ਮੈਟਰ ਕਰਦਾ ਤੁਹਾਡਾ ਪਲੇਟਫਾਰਮ ਕੀ ਹੈ ਇੱਕ ਛੋਟਾ ਜਿਹਾ ਬੁੜੀ ਕਹੇ ਸੋ ਸੱਚ ਹੈ ਠੀਕ ਹੈ ਮੈਂ ਇੱਕ ਛੋਟਾ ਜਿਹਾ ਬ੍ਰੇਕ ਪੁਰਾਣੀ ਕਹਾਵਤ ਹੈ ਪੰਜਾਬੀ ਦੀ ਬੁੜੀ ਕਹੇ ਸੋ ਸੱਚ ਹੈ ਛੋਟਾ ਬ੍ਰੇਕ ਲੈ ਕੇ ਬ੍ਰੇਕ ਤੋਂ ਵਾਪਸ ਆਵਾਂਗੇ ਅਸੀਂ ਸਵਾਲ ਇਹ ਕੀਤਾ ਕਿੱਥੇ ਖੜੀ ਕਸ਼ਮੀਰ ਦੀ ਕਿਸ਼ਤੀ ਜਿਹੜਾ ਉੱਥੋਂ ਦਾ ਟੂਰਿਜ਼ਮ ਹੈਗਾ ਉਹਦੇ ਰਾਹ ਦੇ ਵਿੱਚ ਰੋੜੇ ਆ ਹਜੇ ਤੱਕ ਅਤੇ ਸਰਕਾਰ ਕਹਿੰਦੀ ਹੈਗੀ ਹੈ ਦਰੁਸਤ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਆ ਅਤੇ ਜਿਹੜੇ ਇਸ ਤਸਵੀਰ ਨੂੰ ਚੰਗੀ ਤਰ੍ਹਾਂ ਸਮਝਦੇ
ਵਿਕਰਮਜੀਤ ਸਿੰਘ ਵੀ ਹੈਗੇ ਜਿਹੜੇ ਤਸਵੀਰ ਨੂੰ ਚੰਗੀ ਤਰ੍ਹਾਂ ਸਮਝਦੇ ਆ ਅਤੇ ਪ੍ਰੋਫੈਸਰ ਮਨਜੀਤ ਸਿੰਘ ਵੀ ਉੱਥੇ ਜਾ ਕੇ ਆਏ ਆ ਬ੍ਰੇਕ ਤੋਂ ਵਾਪਸ ਆ ਕੇ ਇਹਨਾਂ ਦੋਨਾਂ ਤੋਂ ਸਵਾਲ ਹੋਣਗੇ ਜ਼ਰੂਰ। ਸਵਾਲ ਇੱਕੋ ਪੁੱਛ ਰਹੇ ਹਾਂ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਧਾਰਾ 370 ਹਟਾਉਣ ਦੇ 6 ਮਹੀਨੇ ਬਾਅਦ ਜੰਮੂ ਕਸ਼ਮੀਰ ਦੀ ਕਿਹੜੀ ਤਸਵੀਰ 'ਤੇ ਤਕਰਾਰ ਹੈ? ਮਿਸਟਰ ਕਿੰਗਰ ਆਪਣੀ ਗੱਲ ਪੂਰੀ ਕਰੋ। ਹਾਂ, ਇਸ ਤਰ੍ਹਾਂ ਸੀ, ਜਦੋਂ ਕਸ਼ਮੀਰ ਨੂੰ ਭਾਰਤ ਦੇ ਵਿੱਚ ਮਰਜ ਕੀਤਾ ਗਿਆ ਉਸ ਵੇਲੇ ਦੀ ਸਿਆਸਤ ਕੀ ਸੀ ਉੱਥੇ? ਉਹ ਸਿਆਸਤ ਪ੍ਰਧਾਨ ਮੰਤਰੀ ਜੀ ਨੂੰ ਪੜ੍ਹਨੀ ਚਾਹੀਦੀ ਹੈ, ਕਿਹੜੇ ਹਾਲਾਤ ਸੀ, ਕਿੰਨਾਂ ਹਾਲਾਤਾਂ ਦੇ ਵਿੱਚ ਧਾਰਾ 370 ਉੱਥੇ ਰੱਖੀ ਗਈ। ਕਿਉਂਕਿ ਦੇਖੋ, ਕੋਈ ਵੀ ਫੈਸਲਾ ਲੈਣ ਵਾਸਤੇ ਤਿੰਨ ਚੀਜ਼ਾਂ ਜ਼ਰੂਰੀ ਹੁੰਦੀਆਂ, ਪ੍ਰਸਥਿਤੀਆਂ ਵਿਸ਼ੇਸ਼, ਸਮਾਂ ਵਿਸ਼ੇਸ਼ ਤੇ ਵਿਅਕਤੀ ਵਿਸ਼ੇਸ਼। ਨਾ ਤਾਂ ਉਹ ਪ੍ਰਸਥਿਤੀਆਂ ਨੇ, ਨਾ ਉਹ ਵਿਅਕਤੀ ਹੈ, ਤੇ ਨਾ ਉਹ ਸਮਾਂ ਹੈ। ਸੰਵਿਧਾਨ ਤੁਹਾਨੂੰ, ਇਸ ਕਰਕੇ ਪ੍ਰਧਾਨ ਮੰਤਰੀ ਕਹਿ ਨਹੀਂ ਸਕਦੇ ਕਿ ਉਸ ਵੇਲੇ ਕਿੰਗਰ ਸਾਹਿਬ ਇੱਕ ਸਵਾਲ ਜਵਾਬ ਦੇ ਦਿਓ, ਸੰਵਿਧਾਨ ਤੁਹਾਨੂੰ ਇਜਾਜ਼ਤ ਦਿੰਦਾ ਸੀ ਧਾਰਾ 370 ਹਟਾਉਣ ਦੇ? ਕਾਹਦੇ ਜੀ, ਉਹਦਾ ਇੱਕ ਦੇਖੋ, ਹਾਂ ਇਹ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ। ਕਹਿੰਦਾ ਕੋਈ ਕੀ ਕੀਤਾ ਇਹ ਮੈਟਰ ਓਨਾ ਹੀ ਕਰਦਾ ਜਿੰਨਾ ਕਿਵੇਂ ਕੀਤਾ ਮੈਟਰ ਕਰਦਾ, ਜਿਹੜੀ ਪ੍ਰਕਿਰਿਆ ਹੈ ਕਰਨ ਦੀ। ਹੁਣ ਤੁਸੀਂ ਕਹੋ ਸਬਜ਼ੀ ਬਹੁਤ ਸਵਾਦ ਹੈ, ਪਰ ਤੁਹਾਨੂੰ ਰਸੋਈ ਲਿਜਾ ਕੇ ਵਿਖਾ ਦਿੱਤੀ ਜਾਵੇ ਜਿਹੜੀ ਬਹੁਤ ਗੰਦੀ ਹੋਵੇ, ਪ੍ਰਕਿਰਿਆ ਤੇ ਸਵਾਲ ਹੈ, ਤੁਸੀਂ ਉਹ ਸਬਜ਼ੀ ਨੂੰ ਸਵਾਦ ਕਹੋਗੇ? ਕਿਉਂਕਿ ਸਬਜ਼ੀ ਜਿੱਥੇ ਬਣੀ ਹੈ ਉਹਦੀ ਪ੍ਰਕਿਰਿਆ ਉਹ ਵੀ ਓਨੀ ਜ਼ਰੂਰੀ ਹੈ, ਔਰ ਪ੍ਰਕਿਰਿਆ ਹਟਾਉਣ ਦੀ 370 ਦੀ ਬਿਲਕੁਲ ਗੈਰ ਸੰਵਿਧਾਨਿਕ ਸੀ। ਠੀਕ ਠੀਕ, ਪ੍ਰਸਮਜੀਤ ਸਿੰਘ, ਤੁਹਾਨੂੰ ਬਹੁਤ ਦਰਸ਼ਕ ਹੈ ਜਿਹੜੇ ਚੰਗੀ ਤਰ੍ਹਾਂ ਦੇਖਦੇ ਆ, ਸੁਣਦੇ ਆ ਤੁਹਾਡੀਆਂ ਗੱਲਾਂ 'ਤੇ, ਵਿਸ਼ਵਾਸ ਵੀ ਕਰਦੇ। ਪ੍ਰਸਮਜੀਤ ਸਿੰਘ, ਅਸਲ ਤਸਵੀਰ ਹੈ ਜਿਹੜੀ ਤੁਸੀਂ ਦਰਸ਼ਕਾਂ ਨੂੰ ਦੱਸ ਸਕਦੇ ਹੋ? ਮੈਨੂੰ ਲੱਗਦਾ ਪ੍ਰਧਾਨ ਮੰਤਰੀ ਜਿਹੜੇ ਗੱਲਾਂ ਕਰ ਰਹੇ ਆ ਉਹ ਕਦੇ ਵੈਲੀ 'ਚ ਆਪ ਥੱਲੇ ਉੱਤਰ ਕੇ ਨਹੀਂ ਗਏ, ਵੱਧ ਤੋਂ ਵੱਧ ਸ਼੍ਰੀਨਗਰ ਤੋਂ ਵਾਪਸ ਆ ਗਏ ਹੋਣਗੇ ਰੈਲੀ ਨੂੰ ਐਡਰੈਸ ਕਰਕੇ। ਬਹੁਤ ਵੱਡੇ ਲੀਡਰ ਹੋ ਜਾਣ 'ਤੇ ਜਿਹੜੀ ਸਿਕਿਉਰਿਟੀ ਰੀਜ਼ਨ ਕਰਕੇ ਉਹਨਾਂ ਨੂੰ ਥੱਲੇ ਜਾਣ ਦਾ ਮੌਕਾ ਵੀ ਨਹੀਂ ਮਿਲ ਸਕਦਾ। ਮੈਂ ਇੱਕ ਸਧਾਰਨ ਬੰਦਾ ਸੀ, ਮੈਂ ਲੋਕਾਂ 'ਚ ਵਿਚਰ ਕੇ ਆਇਆ, ਪਿੰਡੋ ਪਿੰਡੀ ਜਾ ਕੇ ਆਇਆ, ਨੌਰਥ ਕਸ਼ਮੀਰ ਦੇ 3 ਜ਼ਿਲ੍ਹਿਆਂ 'ਚ ਘੁੰਮ ਕੇ ਆਇਆ। ਸਭ ਤੋਂ ਪਹਿਲੀ ਗੱਲ ਦਾ ਤੁਸੀਂ ਇਹ ਅਹਿਸਾਸ ਕਰੋ ਕਿ ਉਹ ਲੋਕ ਕਹਿੰਦੇ ਆ ਕਿ ਸਾਨੂੰ 5 ਅਗਸਤ ਤੋਂ ਬਾਅਦ 2019 ਤੋਂ ਬਾਅਦ 3 ਮਹੀਨੇ ਕਿਸੇ ਵੀ ਬੰਦੇ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ। 3 ਮਹੀਨੇ ਧਾਰਾ 300 ਜਿਹੜੀ 144 ਜਿਹੜੀ ਲਾਉਣ ਦੀ ਗੱਲ ਹੁੰਦੀ ਹੈ, ਦਫਾ 144, ਉਹਦਾ ਮਤਲਬ ਹੁੰਦਾ ਬਾਹਰ ਲੋਕ ਇਕੱਠੇ ਨਾ ਹੋਣ, ਪਰ ਇਹਦਾ ਮਤਲਬ ਇਹ ਨਹੀਂ ਕਿ ਘਰ 'ਚੋਂ ਬਾਹਰ। 6 ਮਹੀਨੇ ਤੋਂ ਲੋਕ ਤਾਲੇ 'ਚ ਬੰਦ, ਹੁਣ ਵੀ ਅੱਜ ਦੀ ਡੇਟ ਦੇ ਵਿੱਚ ਵੀ ਉਹ ਲੋਕ ਇੰਨੀ ਜਗ੍ਹਾ ਦੇ ਉੱਤੇ ਚੱਪੇ ਚੱਪੇ 'ਤੇ ਮਿਲਟਰੀ ਅਤੇ ਹੋਰ ਸਿਕਿਉਰਿਟੀ ਫੋਰਸਿਸ ਜਿਹੜੀਆਂ ਬੈਠੀਆਂ ਹੋਈਆਂ ਕਿ ਉਹ ਕੋਈ ਵੀ ਬੰਦਾ ਖੁੱਲ੍ਹ ਕੇ ਕਿਸੇ ਨਾਲ ਵੀ ਗੱਲ ਨਹੀਂ ਕਰ ਸਕਦਾ। ਉੱਥੇ ਮਜ਼ਾਕ ਚੱਲਦਾ ਸੀਗਾ, ਕਹਿੰਦੇ ਕਿ ਜੇ 2 ਬੰਦੇ ਬਿਲਕੁਲ ਕੌਨਫੀਡੈਂਸ ਦੇ ਵਿੱਚ, ਇਕੱਲਾ ਬੰਦਾ ਤਾਂ ਆਪਣੇ ਨਾਲ ਨਹੀਂ ਗੱਲ ਕਰੂਗਾ, ਇੱਕ ਬੰਦੇ ਹੋਰ ਨਾਲ ਹੀ ਗੱਲ ਕਰੂਗਾ ਨਾ, ਕਿ 2 ਬੰਦੇ ਬਿਲਕੁਲ ਅਲੱਗ ਹੋ ਕੇ ਕੌਨਫੀਡੈਂਸ 'ਚ ਗੱਲ ਕਰਨ, ਅਤੇ 1 ਘੰਟੇ ਤੋਂ ਬਾਅਦ ਤੁਹਾਨੂੰ ਪੁਲਿਸ ਤੋਂ ਫੋਨ ਆ ਜਾਂਦਾ ਕਿ ਤੁਸੀਂ ਆਹ ਗੱਲ ਕੀਤੀ ਹੈ। ਇੰਨੀ ਜ਼ਿਆਦਾ ਇੰਟੈਲੀਜੈਂਸ ਨੈੱਟਵਰਕ ਸਾਰੀ ਜਗ੍ਹਾ ਉਹਨਾਂ ਨੇ ਪੈਨੀਟ੍ਰੇਟ ਕੀਤਾ ਹੋਇਆ। ਕਸ਼ਮੀਰ ਪਿਛਲੇ 30 ਸਾਲਾਂ 'ਚ 1984 ਤੋਂ ਲੈ ਕੇ ਜਦੋਂ ਮਕਬੂਲ ਭੱਟ ਨੂੰ ਫਾਂਸੀ ਦਿੱਤੀ ਅਤੇ 2013 ਦੇ ਵਿੱਚ ਅਫਜ਼ਲ ਗੁਰੂ ਨੂੰ ਦਿੱਤੀ, ਅਤੇ ਜਿਹੜੀ ਲੇਟੈਸਟ ਜਿਹਦੇ 'ਤੇ ਬਹੁਤ ਵੱਡਾ ਉੱਥੇ ਰੋਸ ਸੀਗਾ ਬ੍ਰਹਮਵਾਣੀ ਨੂੰ ਜਿਹੜਾ ਜੁਲਾਈ 2016 ਦੇ ਵਿੱਚ ਕੀਤਾ, ਉਦੋਂ ਬਾਅਦ ਕਸ਼ਮੀਰ ਹੌਲੀ 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 ਦੇਸ਼ ਦੇ ਨਾਲ ਆਪਣੇ ਆਪ ਨੂੰ ਨਹੀਂ ਮੰਨਦਾ। ਇਹ ਜਿਹੜੇ ਲੋਕ ਕਹਿੰਦੇ ਆ, ਜਿਸ ਤਰ੍ਹਾਂ ਕਿੰਗਰਾ ਜੀ ਵੀ ਕਹਿ ਰਹੇ ਆ, ਬੀਜੇਪੀ ਤਾਂ ਕਹਿ ਹੀ ਰਹੀ ਆ, ਕਾਂਗਰਸ ਦੇ ਮਨ 'ਚ ਵੀ ਆ ਕਿ ਕਸ਼ਮੀਰ ਅਟੁੱਟ ਆ ਗਿਆ, ਕਸ਼ਮੀਰ ਦੀ ਧਰਤੀ ਤੁਹਾਡੀ ਜਿਹੜੀ ਜਗਰਾਫੀਕਲ ਲੀਕ ਜਿਹੜੀ ਆ ਉਹ ਤਾਂ ਹੋ ਸਕਦੀ ਆ, ਕਸ਼ਮੀਰੀ ਬਿਲਕੁਲ ਨਹੀਂ ਹੈ। ਕਸ਼ਮੀਰੀ ਇੱਕੋ ਗੱਲ ਕਹਿੰਦੇ ਆ ਕਿ ਜਿਹੜਾ ਸਾਨੂੰ ਆਉਂਦਾ ਕੁੱਟਣ ਮਾਰਨ ਆਉਂਦਾ, ਜਿਹੜਾ ਆਉਂਦਾ ਸਾਨੂੰ ਦਬਾਉਣ ਆਉਂਦਾ, ਸਾਨੂੰ ਕੋਈ ਪਿਆਰ ਦੇ 4 ਸ਼ਬਦ ਵੀ ਤਾਂ ਬੋਲ ਦਿਓ। 13 ਦਿਨ ਮੈਂ ਉੱਥੇ ਰਿਹਾ, ਉੱਥੇ 13 ਦਿਨਾਂ ਦੇ ਵਿੱਚ ਸਿਰਫ 3 ਘੰਟੇ ਬਿਜਲੀ ਆਈ, ਔਰ ਜਦੋਂ ਬਾਹਰ ਟੈਂਪਰੇਚਰ -5 -6 ਹੈ, ਜਦੋਂ ਨਾ ਟੂਟੀਆਂ ਦਾ ਪਾਣੀ ਵੀ ਜੰਮਿਆ ਹੋਵੇ, ਤੁਸੀਂ TV ਨਹੀਂ ਦੇਖ ਸਕਦੇ, ਤੁਸੀਂ ਆਪਣਾ ਫੋਨ ਨਹੀਂ ਕਰ ਸਕਦੇ ਚਾਰਜ, ਸਿਰਫ ਅਤੇ ਸਿਰਫ ਇੱਕੋ ਜਿਹੜੀ ਜਿੰਦਾ ਰਹੇ ਉਹਨਾਂ ਦੀ ਕਾਂਗੜੀ ਜਿਹਨੂੰ ਤੁਸੀਂ ਅੱਗ ਨੂੰ ਅੱਗੜ ਆਪਣੇ ਫਿਰਨ ਦੇ ਵਿੱਚ ਰੱਖ ਕੇ ਜੀਂਦੇ ਰਹਿੰਦੇ ਹਾਂ। ਇਹ ਹਾਲਾਤ ਕਸ਼ਮੀਰ ਦੀ ਹੈ, ਔਰ 11 ਹਾਈਡਰੋ ਪ੍ਰੋਜੈਕਟ ਆ ਜਿੱਥੇ 20,000 ਮੈਗਾਵਾਟ ਦਾ ਤੁਸੀਂ ਬਿਜਲੀ ਪ੍ਰੋਡਿਊਸ ਕਰ ਸਕਦੇ ਹਾਂ, ਪਰ ਉਹਦੇ ਬਾਵਜੂਦ ਬਿਜਲੀ ਪ੍ਰੋਡਿਊਸ ਹੋ ਰਹੀ ਆ, ਸੈਂਟਰਲ ਏਜੰਸੀਆਂ ਨੂੰ ਦਿੱਤੀ ਹੋਈ ਹੈ ਸਾਰੀ ਬਿਜਲੀ, ਔਰ ਉਹ ਬਾਹਰ ਸੂਬੇ ਨੂੰ, ਸੂਬੇ ਤੋਂ ਬਾਹਰ ਵੇਚੀ ਜਾ ਰਹੀ ਹੈ ਬਿਜਲੀ, ਔਰ ਉਹਨਾਂ ਨੂੰ ਬਿਜਲੀ ਨਹੀਂ ਦਿੱਤੀ ਜਾ ਰਹੀ। ਠੀਕ, ਮੈਂ ਅਗਰਵਾਲ ਸਾਹਿਬ 1 ਮਿੰਟ ਆਉਣਾ ਤੁਹਾਡੇ ਕੋਲ। ਵਿਕਰਮਜੀਤ ਸਿੰਘ, ਇੱਕ ਸਵਾਲ ਦਾ ਮੈਨੂੰ ਇਹ ਜਵਾਬ ਦਿਓ, ਜਿਹੜਾ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਅਤੇ ਇੱਥੇ ਬੀਜੇਪੀ ਦੇ ਆਗੂ ਵੀ ਇਹ ਗੱਲ ਕਹਿ ਰਹੇ ਹੈਗੇ ਆ ਕਿ ਪੁਲਿਸ ਅਤੇ ਜਿਹੜੀਆਂ ਹੋਰ ਸਿਕਿਉਰਿਟੀ ਫੋਰਸਿਸ ਹੈ ਉਹ ਜੁਆਇੰਟਲੀ ਕੰਮ ਕਰਨ ਲੱਗ ਪਈਆਂ, ਪਹਿਲਾਂ ਨਹੀਂ ਕਰਦੀਆਂ ਸੀਗੀਆਂ, ਤੁਸੀਂ ਉੱਥੇ ਰਿਪੋਰਟਿੰਗ ਕੀਤੀ ਹੈ ਇੰਨੇ ਸਾਲ, ਤੁਸੀਂ ਦੱਸ ਸਕਦੇ ਹੋ ਇਸ ਪਰ? ਆਈ ਥਿੰਕ ਪੁਲਿਸ ਔਰ ਕੋਆਰਡੀਨੇਸ਼ਨ ਵਾਸ ਵੈਰੀ ਗੁੱਡ ਇਨ ਮੈਨੀ ਫੇਜ਼ਿਸ। ਤੁਸੀਂ ਦੇਖੋ 2014 ਤੱਕ all parameters of violence in Kashmir had come down and stabilized. Tusi koi parameter dekh lo 2014 tak, aur tusi kehna ke sirf 2014 de baad inna di coordination badi vadi hai, that is I think an insult to our security forces jo bahut unhone sacrifices ditti han 2014 to pehla in Kashmir, bahut zyada aur bade fine utthe sade security forces the officers ne command kita hai, leading from the front kita hai,
ਕੋਆਰਡੀਨੇਸ਼ਨ ਕੀਤੀ। ਮੈਂ ਤਾਂ ਆਪ ਆਈ ਹੈਵ ਬੀਨ ਔਨ ਆਰਮੀ ਓਪਰੇਸ਼ਨ ਐਂਡ ਆਈ ਹੈਵ ਸੀਨ ਕਿ ਕਿਸ ਤਰ੍ਹਾਂ ਪੁਲਿਸ CRPF ਔਰ ਆਰਮੀ ਕੋਆਰਡੀਨੇਸ਼ਨ ਕਰਕੇ ਓਪਰੇਸ਼ਨ ਕਰਦੀ। ਸੋ ਆਈ ਥਿੰਕ ਇਹ ਪੋਲੀਟੀਕਲ ਸਟੇਟਮੈਂਟ ਹੈ ਇਹਨਾਂ ਦੀ, ਆਪਣੇ ਆਪ ਨੂੰ ਥਾਪੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਲੇਕਿਨ KPG ਆਈ ਥਿੰਕ ਡਿਬੇਟ ਨੇ ਅਸਲੀ ਪੁਆਇੰਟ 'ਤੇ ਨਹੀਂ ਆਇਆ। ਅਸਲੀ ਪੁਆਇੰਟ ਇਹ ਹੈਗਾ ਕਿ ਕੀ ਮੋਦੀ ਸਾਹਿਬ ਦਾ 370 ਜਿਹੜਾ ਇਹਨਾਂ ਨੇ ਹਟਾਇਆ, ਇਹ ਲੌਂਗ ਰਨ ਵਿੱਚ ਕਸ਼ਮੀਰ ਵਿੱਚ ਸ਼ਾਂਤੀ ਔਰ ਸਟੇਬਿਲਿਟੀ ਲੈ ਕੇ ਆਏਗਾ? ਸਵਾਲ ਇਹ ਹੈਗਾ। ਉਸ ਸਵਾਲ 'ਤੇ ਮੈਂ ਕੋਈ ਕੈਟੇਗੋਰੀਕਲ ਰਿਪਲਾਈ ਨਹੀਂ ਦੇ ਸਕਦਾ, ਕਿਉਂਕਿ ਇੱਕ ਬੜਾ ਹੀ ਕਿੰਤੂ ਕਹਿੰਦੇ ਨਾ ਗਹਿਰੀ ਅਨਸਰਟਨਟੀ ਹੈਗੀ। ਵਨ ਆਫ ਦਾ ਮੇਨ ਫੈਕਟਰਸ ਇਹਦੇ ਵਿੱਚ ਇਹ ਹੈ ਕਿ ਲੋਕ ਕਸ਼ਮੀਰ ਦੇ ਇਹ ਕਿਸ ਤਰ੍ਹਾਂ ਰਿਐਕਟ ਕਰਨਗੇ। ਮੈਂ ਤੁਹਾਡੇ ਸਵਾਲ ਦੇ ਵਿੱਚ ਐਡ ਆਨ ਕਰਦਾ, ਜਿਹੜਾ ਸਵਾਲ ਤੁਸੀਂ ਕਿਹਾ ਵੀ ਜਿਹੜਾ ਮੇਨ ਪੁਆਇੰਟ, ਜਿਹੜਾ ਮੇਨ ਸਵਾਲ ਹੋਣਾ ਚਾਹੀਦਾ, ਇਹ ਸਵਾਲ ਦੇ ਜਵਾਬ ਦੇ ਵਿੱਚ ਵਿਰੋਧੀ ਇਹ ਕਹਿੰਦੇ ਆ, ਜਾਂ ਹੋਰ ਵੀ ਜਿਹੜੇ ਸਰਹੱਦ ਪਾਰ ਤੋਂ ਵੀ ਬਿਆਨ ਹੁੰਦੇ, ਤੁਸੀਂ ਉਹ ਵੀ ਸਾਰਿਆਂ ਨੂੰ ਫੋਲੋ ਕਰਦੇ ਹੋ, ਉਹ ਇਹ ਕਹਿੰਦੇ ਆ ਕਿ ਮੋਦੀ ਸਾਹਿਬ ਇਹ ਫੈਸਲਾ ਲੈ ਚੁੱਕੇ ਆ, ਹੁਣ ਪਿੱਛੇ ਹਟਣ ਦੇ ਬਾਰੇ ਸਵਾਲ ਹੀ ਨਹੀਂ ਪੈਦਾ ਹੁੰਦਾ, ਜਾਂ ਪਿੱਛੇ ਹੁਣ ਹਟ ਨਹੀਂ ਸਕਦੇ। ਇਸ ਦਾ ਮਤਲਬ ਕੀ ਕਰਦੇ? ਦੇਖੋ, ਅਗਰ ਮੋਦੀ ਸਾਹਿਬ ਦੇ ਇਸ ਫੈਸਲੇ ਨਾਲ ਕਸ਼ਮੀਰ ਵਿੱਚ ਸਟੈਬਿਲਿਟੀ ਔਰ ਸ਼ਾਂਤੀ ਆ ਜਾਂਦੀ ਹੈ, ਚਾਹੇ ਮੋਦੀ ਸਾਹਿਬ ਨੇ ਜੋ ਵੀ ਕੁਛ ਕੀਆ, ਤਾਂ ਇਹ ਭਾਰਤ ਲਈ ਔਰ ਦੁਨੀਆ ਲਈ ਇੱਕ ਵਧੀਆ ਗੱਲ ਹੈ। ਠੀਕ ਹੈ, ਅਗਰ ਕਸ਼ਮੀਰ ਦੇ ਲੋਕਾਂ ਵਿੱਚ ਜਿਹੜੀ ਵਾਇਲੈਂਸ ਹੈਗੀ ਹੈ, ਉਹਨਾਂ ਦੀ ਇਨਸਟੈਬਿਲਿਟੀ ਹੈਗੀ, ਅਗਰ ਉਹ ਠੰਡੇ ਪੈ ਜਾਣ, ਤਾਂ ਇਹ ਬੜੀ ਵਧੀਆ ਗੱਲ ਹੈ। ਲੇਕਿਨ ਅਗਰ ਅਸੀਂ ਅੱਜ ਦੀ ਜਿਹੜੀ ਸ਼ਾਂਤੀ, ਸੋ ਕਾਲਡ ਸ਼ਾਂਤੀ, ਇਹਨਾਂ ਨੇ ਪੂਰੇ ਇਨਫੋਰਸਮੈਂਟ ਔਰ ਰਿਸਟ੍ਰਿਕਸ਼ਨ ਲਾ ਕੇ ਸ਼ਾਂਤੀ ਲੈ ਕੇ ਆਏ ਨੇ, ਅਗਰ ਉਹ ਕੁਛ ਦੇਰ ਤੱਕ ਚੱਲੇ, ਕੁਛ ਸਾਲ ਤੱਕ ਚੱਲੇ, ਔਰ ਫਿਰ ਬਹੁਤ ਜ਼ਿਆਦਾ ਅੱਗ ਲੱਗ ਜਾਏ। ਦੇਖੋ, ਕਸ਼ਮੀਰ ਦੀ ਤੁਸੀਂ ਹਿਸਟਰੀ ਦੇਖੋ, ਹਿਸਟਰੀ ਇਹ ਹੈ ਕਸ਼ਮੀਰ ਦੀ ਕਿ 4 ਤਾਂ ਜੰਗਾਂ ਹੋਈਆਂ ਕਸ਼ਮੀਰ ਉੱਪਰ। ਦੂਜਾ, ਤੁਹਾਨੂੰ ਇਹ ਵੀ ਦੇਖੋ ਕਿ ਫੇਜ਼ ਆਉਂਦਾ ਕਿ ਲੱਗਦਾ ਕਿ ਬਿਲਕੁਲ ਸ਼ਾਂਤ ਹੋ ਗਿਆ ਕਸ਼ਮੀਰ, ਫਿਰ ਕੁੰਭਕਰਨ ਜਿਸ ਤਰ੍ਹਾਂ ਫਿਰ ਭੜਕ ਪੈਂਦਾ ਹੈਗਾ। ਠੀਕ ਹੈ ਨਾ? ਸੋ ਅੱਜ ਕੀ ਕਸ਼ਮੀਰ 'ਚ ਹੋ ਰਿਹਾ ਕਿ ਲੋਕਾਂ ਦੀ ਜਿਹੜੀ ਪਾਵਰ ਹੈ, ਲੋਕਾਂ ਨੂੰ ਪਾਵਰ ਨੂੰ ਇਹਨਾਂ ਨੇ ਨਪੁੰਸਕ ਕਰਤਾ। ਦੇਖੋ, ਪੀਪਲਜ਼ ਰਾਈਟ ਟੂ ਪ੍ਰੋਟੈਸਟ, ਕਿਸੇ ਨੇ ਕਸ਼ਮੀਰ ਦੇ ਲੋਕਾਂ 'ਤੇ ਸਰਵੇ ਕੀਤਾ ਕਿ ਤੁਸੀਂ 370 ਦੇ ਤੁਹਾਡਾ ਕੀ ਰਾਏ ਆ? ਕਿਸੇ ਨੇ ਸਰਵੇ ਨਹੀਂ ਕੀਤਾ। ਨਹੀਂ ਤਾਂ ਸਾਡੇ ਮੀਡੀਆ ਹਾਊਸਿਸ ਤਾਂ ਫਟਾਫਟ ਸਰਵੇ ਕਰ ਦਿੰਦੇ ਨੇ ਕਿ ਜੀ ਓਪੀਨੀਅਨ ਪੋਲ ਕੀਤਾ, ਐਵਰੀਬਡੀ ਲਾਈਕਸ ਦਿਸ ਦੈਟ, ਬਟ ਕਿਸੇ ਨੇ ਸਰਵੇ ਨਹੀਂ ਕੀਤਾ। ਵੀ ਡੋਂਟ ਨੋ ਵਾਟ ਪੀਪਲ ਆਫ ਕਸ਼ਮੀਰ ਲਾਈਕ ਇਟ ਔਰ ਨੋਟ। ਸੈਕੰਡਲੀ, ਅਗਰ ਤੁਹਾਡੇ 'ਤੇ ਕੋਈ ਡਿਸੀਜਨ ਇੰਪੋਜ਼ ਹੋਈ ਹੈ, ਤੁਹਾਡਾ ਇੱਕ ਰਾਈਟ ਟੂ ਪ੍ਰੋਟੈਸਟ ਹੁੰਦਾ। ਐਜ਼ ਪ੍ਰੋਫੈਸਰ ਮਨਜੀਤ ਸਿੰਘ ਹੈਜ਼ ਕਰੈਕਟਲੀ ਪੁਆਇੰਟਡ ਆਊਟ, ਮੈਂ ਆਪ ਦੇਖਿਆ ਕਿ ਉੱਥੇ ਲੋਕਾਂ ਨੂੰ, ਅੱਜ ਦੀ ਗੱਲ ਨਹੀਂ, ਇਹ ਸ਼ੁਰੂ ਤੋਂ ਹੈ, ਲੋਕਾਂ ਨੂੰ ਇਕੱਠੇ ਹੋਣ ਹੀ ਨਹੀਂ ਦਿੰਦੇ। ਦ ਰੀਜ਼ਨ ਫੋਰ ਸੋ ਮੱਚ ਸਿਕਿਉਰਿਟੀ ਫੋਰਸਿਸ ਇਨ ਕਸ਼ਮੀਰ ਇਜ਼ ਨੋਟ ਟੈਰਰਿਜ਼ਮ, ਟੈਰਰਿਸਟ ਤਾਂ ਹੁਣ ਖਤਮ ਨੇ ਆਲਮੋਸਟ, ਯੂ ਨੋ, ਉਹਨਾਂ ਦੀ ਸਟਰੈਂਥ ਇਜ਼ ਕਿ ਲੋਕ ਇਕੱਠੇ ਹੋ ਕੇ ਪ੍ਰੋਟੈਸਟ ਨਾ ਕਰਨ। ਕਿਉਂਕਿ ਅਗਰ ਲੋਕ ਇਕੱਠੇ ਹੋ ਕੇ ਸੱਤਿਆਗ੍ਰਹਿ, ਜਿਵੇਂ ਸੱਤਿਆਗ੍ਰਹਿ ਕਰ ਰਹੇ ਲੋਕਾਂ ਨੇ, ਲੱਖਾਂ ਲੋਕ ਕਸ਼ਮੀਰੀ ਆ ਗਏ ਸੜਕਾਂ 'ਤੇ, ਬੱਚੇ, ਬੁੱਢੇ, ਜਨਾਨੀਆਂ, ਉਹ ਭਾਰਤ ਦੀ ਸਰਕਾਰ ਸੰਭਾਲ ਨਹੀਂ ਸਕੂਗੀ। ਔਰ ਤੁਸੀਂ ਦੇਖੋ ਕਿ ਇੰਟਰਨੈਸ਼ਨਲ ਓਪੀਨੀਅਨ ਕਿੰਨਾ ਕ੍ਰਿਟੀਕਲ ਹੈ ਔਨ ਕਸ਼ਮੀਰ। ਹਰ ਜਗ੍ਹਾ ਸਾਡੀ ਫੋਰਨ ਪੋਲਿਸੀ ਕੰਪਰੋਮਾਈਜ਼ ਹੋ ਗਈ ਹੈ, ਕਿਉਂਕਿ ਇਹਨਾਂ ਨੇ ਕਸ਼ਮੀਰ ਇਸ਼ੂ ਰੇਜ਼ ਕੀਤਾ। ਤੁਸੀਂ ਯੂਰੋਪੀਅਨ ਯੂਨੀਅਨ ਲੈ ਲਓ, ਤੁਸੀਂ ਟਰੰਪ ਲੈ ਲਓ, ਸੋ ਸਾਡੇ ਹਰ ਜਗ੍ਹਾ ਜਾ ਕੇ ਅਸੀਂ ਕਹਿੰਦੇ ਹਾਂ ਜੀ ਤੁਸੀਂ ਕੁਛ ਸਾਡੇ ਤੋਂ ਆਹ ਲੈ ਲਓ, ਕਸ਼ਮੀਰ ਦੀ ਗੱਲ ਨਾ ਕਰੋ। ਤੁਸੀਂ ਆਹ ਦੇਖੋ ਕਿ ਅਸੀਂ ਇੰਡੀਅਨ MPs ਨੂੰ ਕਸ਼ਮੀਰ ਦਾ ਦੌਰਾ ਨਹੀਂ ਕਰਨ ਦਿੱਤਾ, ਪਰ ਯੂਰੋਪੀਅਨ ਯੂਨੀਅਨ ਦੇ ਰਾਈਟ ਵਿੰਗ 22 MPs ਲੈ ਕੇ ਅਸੀਂ ਦੌਰਾ ਕਰਵਾਤਾ। ਔਰ ਅੱਜ 564 ਯੂਰੋਪੀਅਨ ਯੂਨੀਅਨ ਦੇ MEPs ਜਿਹੜੇ ਹੈਗੇ, ਮੈਂਬਰ ਆਫ ਯੂਰੋਪੀਅਨ ਪਾਰਲੀਮੈਂਟ, ਉਹਨਾਂ ਨੇ ਰੈਜ਼ੋਲਿਊਸ਼ਨ ਪਾਸ ਕੀਤੇ ਨੇ ਜਿਹਦੇ ਵਿੱਚ ਡਿਬੇਟ ਔਨ ਸਿਟੀਜ਼ਨਸ਼ਿਪ ਐਕਟ ਐਂਡ ਔਨ ਕਸ਼ਮੀਰ ਐਂਡ ਔਨ NRC। ਸੋ ਸਾਡੀ ਇਹ ਗੱਲ ਕਿ ਅਸੀਂ ਇਹਨੂੰ ਕਸ਼ਮੀਰ ਸਾਡਾ ਇੰਟਰਨਲ ਮੁੱਦਾ ਹੈਗਾ, ਅਸੀਂ ਕੰਟੇਨ ਇਹ 'ਤੇ ਅਸੀਂ ਆਈ ਥਿੰਕ ਵੀ ਆਰ ਫੇਲਡ। ਔਨ ਦੀ ਅਦਰ ਸਾਈਡ ਪਾਕਿਸਤਾਨ ਵੀ ਫੇਲਡ ਹੈ 'ਤੇ, ਕਿਉਂਕਿ ਪਾਕਿਸਤਾਨ ਨੇ ਬੜੀ ਕੋਸ਼ਿਸ਼ ਕੀਤੀ ਕਿ ਅਸੀਂ ਡਿਪਲੋਮੈਟਿਕਲੀ ਕਸ਼ਮੀਰ ਨੂੰ ਰੇਜ਼ ਕਰੀਏ, ਪਰ ਪਾਕਿਸਤਾਨ ਔਰ ਚਾਈਨਾ ਦੋਨੋਂ ਉਹਦੇ ਵਿੱਚ ਲਾਰਜਲੀ ਫੇਲ ਹੋਏ ਨੇ। ਵਿਕਰਮਜੀਤ ਸਰ, ਜਿਹੜਾ ਸਵਾਲ ਚੁੱਕਿਆ, ਮੈਨੂੰ ਉਹਦਾ ਜਵਾਬ ਦੇ ਦਿਓ। ਇੱਕ ਤਾਂ ਕਹਿੰਦੇ ਵੀ ਜਿਹੜਾ ਪਾਕਿਸਤਾਨ ਚਾਈਨਾ ਉਹ ਫੇਲ ਹੋਏ ਆ, ਪਾਕਿਸਤਾਨ ਚਾਈਨਾ ਫੇਲ ਹੋਏ ਆ ਅਤੇ ਅਸੀਂ ਪਾਸ ਹੋ ਗਏ? ਨਹੀਂ ਨਹੀਂ ਨਹੀਂ, ਇਸ ਤਰ੍ਹਾਂ ਮੈਂ ਮਤਲਬ ਕੀ ਹੈ, ਥੋੜ੍ਹੀਆਂ ਜਿਹੀਆਂ ਗੱਲਾਂ ਪਾਕਿਸਤਾਨ ਬਾਰੇ ਮੈਂ ਸਾਫ ਕਹਿ ਦਿਆਂ ਕਿ ਜਿਹਦੀ ਯੂਨਾਈਟਿਡ ਨੇਸ਼ਨ ਦੇ ਵਿੱਚ ਸਪੀਚ 50 ਮਿੰਟ ਤੋਂ ਉੱਪਰ ਦੀ, 51 ਮਿੰਟ ਦੀ, ਜਿੰਨੀ ਕੁ ਵੀ ਉਹਨੇ ਨੇ ਦਿੱਤੀ ਹੈ, ਇੱਕ ਕਸ਼ਮੀਰੀ ਉਦੋਂ TV 'ਤੇ ਆਪਣੀ ਅੱਖ ਲਾ ਕੇ ਬੈਠਾ ਸੀ। ਸ਼ੁਰੂ 'ਚ ਉਹਨੇ ਅੱਧਾ ਟਾਈਮ ਹੋਰਨਾਂ ਮਸਲਿਆਂ 'ਤੇ ਬੋਲਿਆ, ਅਤੇ ਬਾਅਦ ਦੇ ਜਿਹੜੇ 26 ਮਿੰਟ ਉਹਨਾਂ ਉਦੋਂ ਉਹਨਾਂ ਨੇ ਨਹੀਂ ਪਤਾ ਨਹੀਂ ਨੈੱਟ ਰਾਹੀਂ ਕੀਤਾ, ਕਿੱਦਾਂ ਕੀਤਾ ਉਹਨਾਂ ਨੇ, TV ਦਾ ਜ਼ਰੂਰ ਕੀਤਾ ਇਹ ਮੈਨੂੰ ਉਹਨਾਂ ਨੇ ਦੇਖਿਆ, ਮੈਨੂੰ ਉਹਨੇ ਆਪ ਦੱਸਿਆ ਸਰਕਾਰ ਜਿਹੜੀ ਕਹਿ ਰਹੀ ਹੈ ਵੀ ਅਸੀਂ ਬਿਲਕੁਲ ਚਲਾਇਆ ਹੋਇਆ, ਬਿਲਕੁਲ ਬਿਲਕੁਲ ਜਿਹੜਾ TV ਦਾ ਉਸ ਦਿਨ ਦਾ ਉਹਨਾਂ ਨੇ ਕਿਹਾ ਮੈਨੂੰ ਕਿ ਉਹਨਾਂ ਨੇ ਕਿਸ ਤਰ੍ਹਾਂ ਵੀ ਦੇਖਿਆ, ਉਹ ਕਹਿੰਦੇ ਅਸੀਂ ਸਾਰੇ ਵੇਟ ਕਰ ਰਹੇ ਸੀ ਔਰ ਉਸ ਦਿਨ ਅੱਤਸ਼ਬਾਜ਼ੀ ਚੱਲੀ ਹੈ ਕਿ ਸਾਨੂੰ
ਘੱਟੋ ਘੱਟ ਪਾਕਿਸਤਾਨ ਜਿਹੜੇ ਲੋਕ ਹੈਗੇ ਆ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਉਹ ਸਾਡੇ ਹੱਕ 'ਚ ਬੋਲਿਆ। ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਤੁਹਾਨੂੰ ਫਿਰ ਪਾਕਿਸਤਾਨ ਦੇ ਸਿੰਪੇਦਾਰੀ ਪਾਕਿਸਤਾਨ ਨਾਲ ਜਾਣਾ ਚਾਹੁੰਦੇ? ਕਹਿੰਦੇ ਬਿਲਕੁਲ ਨਹੀਂ। ਉਹ ਕਹਿੰਦੇ ਕਿ ਅਸੀਂ ਅਟੋਨਮੀ ਚਾਹੁੰਦੇ ਹਾਂ, ਅਸੀਂ ਪਾਕਿਸਤਾਨ ਨੂੰ ਵੀ ਪਾਰਟੀ ਬਣਾ ਕੇ ਹਿੰਦੁਸਤਾਨ ਨੂੰ ਵੀ ਪਾਰਟੀ ਬਣਾ ਕੇ ਅਸੀਂ ਅਟੋਨਮੀ ਚਾਹੁੰਦੇ ਹਾਂ, ਸਾਨੂੰ ਪਤਾ ਕਿ ਪਾਕਿਸਤਾਨ ਦੇ ਨਾਲ ਜਾਣ ਦੀਆਂ ਦਿੱਕਤਾਂ ਕੀ ਆ। ਫਿਰ ਮੈਂ ਕਿਹਾ ਤੁਸੀਂ ਉੱਥੇ ਆਤਿਸ਼ਬਾਜ਼ੀ ਕਿਉਂ ਚਲਾਉਂਦੇ ਆ? ਉਹ ਕਹਿੰਦੇ ਬੜੀ ਸਾਫ਼ ਗੱਲ ਆ ਕਿ ਚਲੋ ਧਾਰਮਿਕ ਤਾਂ ਸਾਡਾ ਹੈ, ਉਹ ਵੀ ਮੁਸਲਿਮ, ਅਸੀਂ ਵੀ ਮੁਸਲਿਮ, ਪਰ ਇੱਕੋ ਦੇਸ਼ ਆ। ਜਦੋਂ ਸਾਡੇ 'ਤੇ ਕੋਈ ਵੀ ਭੀੜ ਬਣਦੀ, ਸਾਡੇ 'ਤੇ ਕੁੱਟ ਕਟਾਪਾ ਹੁੰਦਾ, ਉਹ ਸਾਡੇ ਹੱਕ 'ਚ ਬਿਆਨ ਦਿੰਦੇ ਆ, ਅਸੀਂ ਉਹਨਾਂ ਦਾ ਇਸ ਕਰਕੇ ਇੱਜ਼ਤ ਵੀ ਕਰਦੇ ਹਾਂ, ਤਾਰੀਫ਼ ਵੀ ਕਰਦੇ ਹਾਂ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪਾਕਿਸਤਾਨ ਜਾਣਾ ਚਾਹੁੰਦੇ ਹਾਂ। ਦੂਜੀ ਗੱਲ ਜਿਹੜੀਆਂ ਨਿੱਕੀ ਨਿੱਕੀਆਂ ਗੱਲਾਂ ਮੈਂ ਕਲੈਰੀਫਿਕੇਸ਼ਨ ਦੇ ਦਿਆਂ, ਇੱਕ ਇੱਥੇ ਬਾਹਰ ਬਹੁਤਿਆਂ ਬੰਦਿਆਂ ਨੂੰ ਕੇਪੀ ਸਿੰਘ ਨਹੀਂ ਪਤਾ, ਉਹ ਕਹਿੰਦੇ ਕਿ ਧਾਰਾ 370 ਹਟ ਗਈ ਤਾਂ ਹਟ ਗਈ, ਕੋਈ ਗੱਲ ਨਹੀਂ। ਇਹ ਜਿਹੜੇ ਸਾਡੇ ਲੋਕਲ ਪੋਲੀਟੀਸ਼ੀਅਨ ਤੁਸੀਂ ਜੇਲ੍ਹ 'ਚ ਦਿੱਤੇ ਆ, ਜਿਹੜੀ ਗਰੇਵਾਲ ਜੀ ਕਹਿ ਰਹੇ ਕਿ ਉਹਨਾਂ ਨੇ ਕਰਪਸ਼ਨ ਬੇਹੱਦ ਕੀਤੀ ਹੈ, ਇਹ ਬਿਲਕੁਲ ਠੀਕ ਆ। ਉਹ ਲੋਕ ਇਸ ਗੱਲ 'ਤੇ ਬੜੇ ਖੁਸ਼ ਆ ਕਿ ਇਹ ਜੇਲ੍ਹ 'ਚ ਜਿਹੜੇ ਉਹਨਾਂ ਦੇ ਆਪਣੇ ਪੋਲੀਟੀਸ਼ੀਅਨ ਆ, ਭਾਵੇਂ ਮਹਿਬੂਬਾ ਮੁਫਤੀ ਆ, ਭਾਵੇਂ ਉਮਰ ਅਬਦੁੱਲਾ, ਭਾਵੇਂ ਉਹ ਦਿੱਤੇ ਆ, ਉਹ ਇਸ ਗੱਲ 'ਤੇ ਖੁਸ਼ ਆ। ਦੂਜੀ ਗੱਲ, ਮੈਂ ਉਹਨਾਂ ਨੂੰ ਬਾਰ ਬਾਰ ਪੁੱਛਿਆ, ਜਿਹੜੇ ਕਹਿੰਦੇ ਆ ਕਿ ਕਹਿ ਰਹੇ ਆ ਕਿ ਤੁਸੀਂ ਸਰਵੇ ਕੀਤਾ ਕਿ ਧਾਰਾ 370 ਹਟਾਉਣ 'ਤੇ, ਮੇਰਾ ਸਾਰਿਆਂ ਨੂੰ ਸਵਾਲ ਹੀ ਇਹ ਸੀ ਕਿ ਤੁਸੀਂ ਹਾਊ ਡੂ ਯੂ ਫੀਲ ਨਾਓ? ਉਹ ਕਹਿੰਦੇ ਆ ਜੀ ਸਾਡੇ ਵੱਲੋਂ ਹੋਏ ਜਾਂ ਨਾ ਹੋਏ, ਅਸੀਂ ਲੈਣਾ ਹੀ ਕੀ ਇਹਨਾਂ ਕੋਲੋਂ, ਜੋ ਮਰਜ਼ੀ ਕਰ ਲੈਣ। ਜਿਸ ਸਿੱਟੇ 'ਤੇ ਅਸੀਂ ਪਹੁੰਚ ਗਏ ਹਾਂ, ਪਹਿਲਾਂ ਅਸੀਂ ਆਰਮੀ ਨੂੰ ਦੇਖ ਕੇ ਪਿੰਡ ਛੱਡ ਕੇ ਲੁਕਦੇ ਸੀ, ਭੱਜਦੇ ਸੀ, ਹੁਣ ਅਸੀਂ ਖੜੇ ਰਹਿੰਦੇ ਹਾਂ ਕਿ ਆਓ ਜੇ ਗੋਲੀ ਮਾਰਨੀ ਆ ਤਾਂ ਮਰੋ। ਇਸ ਕਿਸਮ ਦਾ ਗੁੱਸਾ, ਇਸ ਕਿਸਮ ਦੀ ਐਲੀਨੇਸ਼ਨ, ਇਸ ਕਿਸਮ ਦੀ ਦੂਰੀ ਉੱਥੇ ਪੈਦਾ ਹੋ ਗਈ। ਠੀਕ ਹੈ, ਇੱਕ ਹੋਰ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਜਿਹੜੇ ਬੁਲਾਰੇ ਇੱਥੇ ਸਾਡੇ ਪੈਨਲ ਦੇ ਵਿੱਚ ਬੈਠੇ ਹੋਏ ਆ, ਇਹਨਾਂ ਨੂੰ ਸੁਣਨਾ ਲਾਜ਼ਮੀ ਹੈਗਾ ਅਤੇ ਬਹੁਤ ਸੰਜੀਦਗੀ ਨਾਲ ਸੁਣਨਾ ਪਊਗਾ ਅੱਜ। ਇਸ ਕਰਕੇ ਮੈਨੂੰ ਲੱਗਦਾ ਕਿ ਮੇਰੇ ਸਵਾਲ ਵੀ ਅੱਜ ਘੱਟ ਜਾਣਗੇ, ਪਰ ਇਹ ਮੂਲ ਰੂਪ 'ਤੇ ਸਵਾਲ ਇਹ ਮੈਂ ਪੁੱਛਦਾ ਰਹੂੰਗਾ, ਕਸ਼ਮੀਰ ਦੀ ਕਿਸ਼ਤੀ ਕਿੱਥੇ ਖੜੀ ਹੈ? ਕਿਉਂਕਿ ਜਦੋਂ ਸ਼ਿਕਾਰੇ ਵਾਲੇ ਇਹ ਕਹਿਣ ਕਿ ਸਾਡਾ ਰੁਜ਼ਗਾਰ ਠੱਪ ਹੋ ਗਿਆ, ਅਤੇ ਜਦੋਂ ਇੱਕ ਸਾਡੇ ਕੋਲ ਰਿਪੋਰਟ ਪਈ ਹੋਵੇ ਕਿ ਸਾਡਾ ਰੁਜ਼ਗਾਰ ਇੰਨਾ ਚਲਾ ਗਿਆ, ਜਦੋਂ ਰਿਪੋਰਟ ਇਹ ਕਹਿੰਦੀ ਹੋਵੇ ਕਿ ਔਨਲਾਈਨ ਅਸੀਂ ਨੌਕਰੀ ਲਈ ਅਪਲਾਈ ਨਹੀਂ ਕਰ ਪਾ ਰਹੇ, ਜਦੋਂ ਇਹ ਰਿਪੋਰਟ ਕਹਿੰਦੀ ਹੋਵੇ ਕਿ ਜਿਹੜਾ ਸਾਡਾ ਜਿਹੜਾ ਬਿਜ਼ਨਸ ਹੈਗਾ, ਸਟਾਰਟਅਪ ਹੈ ਜਿਹੜਾ, ਉਹ ਡੁੱਬਣ ਦੇ ਕੰਢੇ ਪਿਆ ਹੈਗਾ, ਅਤੇ ਜਦੋਂ ਇੱਥੇ ਦਾਅਵੇ ਕੀਤੇ ਜਾਣ ਕਿ ਸਟਾਰਟਅਪ ਹੈ ਉਸ ਨੂੰ ਹੁਲਾਰਾ ਮਿਲ ਰਿਹਾ, ਫਿਰ ਸਵਾਲ ਪੁੱਛਣਾ ਪਵੇਗਾ ਕਿੱਥੇ ਖੜੀ ਕਸ਼ਮੀਰ ਦੀ ਕਿਸ਼ਤੀ। ਬ੍ਰੇਕ ਤੋਂ ਵਾਪਸ ਆ ਰਿਹਾ, ਸਵਾਲ ਇੱਕੋ ਪੁੱਛ ਰਹੇ ਹਾਂ, ਧਾਰਾ 370 ਹਟਾਉਣ ਦੇ 6 ਮਹੀਨੇ ਬਾਅਦ ਜੰਮੂ ਕਸ਼ਮੀਰ ਦੀ ਕਿਹੜੀ ਤਸਵੀਰ 'ਤੇ ਤਕਰਾਰ ਹੈ? ਗਰੇਵਾਲ ਸਾਹਿਬ, ਕਸ਼ਮੀਰ ਚੈਂਬਰ ਆਫ ਕਮਰਸ ਐਂਡ ਇੰਡਸਟਰੀ, ਮੈਂ ਇਹਨਾਂ ਦਾ ਪਹਿਲਾਂ ਵੀ ਜ਼ਿਕਰ ਕੀਤਾ ਸੀ, ਇਹਨਾਂ ਦੇ ਪ੍ਰੈਜੀਡੈਂਟ ਆ ਸ਼ੇਖ ਆਸ਼ੀਕ ਅਹਿਮਦ, ਇਹ ਕਹਿ ਰਹੇ ਆ ਵੀ ਤੁਸੀਂ ਵੈਲੀ ਦੇ ਵਿੱਚ ਇੱਕ ਵੀ ਇੰਡਸਟਰੀ ਦੱਸ ਦਿਓ ਜਿਹਦੇ ਵਿੱਚ ਬੂਮ ਆਇਆ ਹੋਵੇ ਜਾਂ ਕੋਈ ਇੰਡਸਟਰੀ ਅੱਗੇ ਵਧੀ ਹੋਵੇ। ਇੱਕ ਸਵਾਲ ਹੋਰ ਹੈ ਕਿ ਸਿਲਕ ਕਾਰਪੇਟ ਇੰਡਸਟਰੀ ਦੇ ਵਿੱਚ 50,000 ਲੋਕ ਆ ਜਿਹੜੇ ਬੇਰੁਜ਼ਗਾਰ ਹੋ ਗਏ, ਤੁਸੀਂ ਕਹਿ ਰਹੇ ਹੋ ਕਿ ਸਟਾਰਟਅਪ ਹੈ ਜਿਹੜਾ ਉਹ ਉੱਥੇ ਹੁਲਾਰਾ ਲੈ ਰਿਹਾ, ਨਵੇਂ ਬਿਜ਼ਨਸ ਉੱਥੇ ਸ਼ੁਰੂ ਹੋਣਗੇ, ਸਾਡੇ ਕੋਲ ਇਹ ਵੀ ਰਿਪੋਰਟ ਆ, ਆਹ ਰਿਪੋਰਟਸ ਪਈਆਂ, ਮੈਂ ਉਹਨਾਂ ਰਿਪੋਰਟਸ ਦੇ ਆਧਾਰ 'ਤੇ ਗੱਲ ਕਰ ਰਿਹਾ, ਮੈਂ ਆਪਦੇ ਕੋਲ ਕੋਈ ਗੱਲ ਨਹੀਂ ਕਰੂੰਗਾ। ਉਹ ਰਿਪੋਰਟਸ ਇਹ ਕਹਿੰਦੀਆਂ ਕਿ ਉੱਥੋਂ ਇੰਡਸਟਰੀ ਆ ਸ਼ਿਫਟ ਹੋਣ ਲੱਗ ਪਈ ਹੈ, ਹੁਣ ਕੀ ਜਵਾਬ ਦਿਓ? ਮੈਂ ਇੰਨੀ ਗੱਲ ਕਹਿ ਦਿਆਂ ਗਰੇਵਾਲ ਜੀ, ਤੁਸੀਂ ਜ਼ਰੂਰ ਜਵਾਬ ਦਿਓ। KCCI ਜਿਨ੍ਹਾਂ ਦਾ ਨਾਂ ਲਿਆ ਇਹਨਾਂ ਨੇ ਕਸ਼ਮੀਰ ਚੈਂਬਰ ਆਫ ਕਮਰਸ ਐਂਡ ਇੰਡਸਟਰੀ, ਉਹਨਾਂ ਦੀ ਜਨਵਰੀ ਐਂਡ ਦੇ ਵਿੱਚ ਇੱਕ ਸਟੇਟਮੈਂਟ ਸੀ ਕਿ 25,000 ਕਰੋੜ ਦਾ ਉੱਥੇ ਦੀ ਇੰਡਸਟਰੀ ਨੂੰ, ਟੂਰਿਜ਼ਮ ਨੂੰ ਅਤੇ ਹੋਰਨਾਂ ਟੋਟਲ ਨੁਕਸਾਨ ਹੋਣ ਤੱਕ। ਆਈ ਥਿੰਕ ਦੀ ਇੰਪੋਰਟੈਂਟ ਪੁਆਇੰਟ ਇਜ਼ ਦੈਟ ਜਦ 370 ਅਬਰਗਟ ਕੀਤਾ ਸੀਗਾ ਅਤੇ ਗਵਰਨਮੈਂਟ ਆਫ ਇੰਡੀਆ ਸਟੇਟਮੈਂਟ ਸੀ ਕਿ ਅਸੀਂ ਇੱਕ ਕਸ਼ਮੀਰ ਵਿੱਚ ਇਨਵੈਸਟਰ ਸਮਿਟ ਕਰਨ ਵਾਲੇ ਹਾਂ, ਔਰ ਅੱਜ ਹਾਲਾਤ ਅਗਰ ਇੰਨੇ ਸ਼ਾਂਤੀਪੂਰਵਕ ਸੀ, ਅੱਜ ਤੱਕ ਉਹ ਇਨਵੈਸਟਰ ਸਮਿਟ ਨਹੀਂ ਕਰ ਸਕੇ ਕਸ਼ਮੀਰ। ਇਹ ਵੀ ਬੜਾ ਇੰਪੋਰਟੈਂਟ ਸਵਾਲ ਹੈ। ਹਾਂ ਗਰੇਵਾਲ ਸਾਹਿਬ, ਮੈਨੂੰ KPG ਇੱਕ ਇੱਕ ਕਰਕੇ ਜਵਾਬ ਦੇ ਦੇਣਾ। ਹਾਂ, ਪਹਿਲਾਂ ਇਹਦੇ 'ਤੇ ਕਰ ਲਓ, ਕਿਉਂਕਿ ਆਰਥਿਕ ਤੌਰ 'ਤੇ ਜਿਹੜੀ ਆਰਥਿਕ ਤੌਰ 'ਤੇ ਜਿਹੜੀ ਸਟੇਟ ਮਜ਼ਬੂਤ ਨਹੀਂ, ਉੱਥੇ ਕੁਛ ਨਹੀਂ ਹੋ ਸਕਦਾ। ਪਹਿਲਾਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਕਹਿਣੀਆਂ ਨੇ। ਹਾਂ, ਬੋਲੋ। ਕਿਉਂਕਿ ਪਹਿਲਾਂ ਉਸ ਕੁਐਸਚਨ ਕੀਤੇ, ਇੱਕ ਤਾਂ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਸੀ ਕਿ ਮੋਦੀ ਜੀ ਨੂੰ ਉੱਥੇ ਜ਼ਮੀਨੀ ਜਾਣਕਾਰੀ ਨਹੀਂ ਹੈ, ਅਤੇ ਜੰਮੂ ਕਸ਼ਮੀਰ, ਹਿਮਾਚਲ, ਹਰਿਆਣਾ, ਪੰਜਾਬ ਦੇ ਉਹ ਪਰਿਵਾਰੀ ਰਹੇ ਆ, ਔਰ ਜ਼ਮੀਨ 'ਤੇ ਘੁੰਮ ਕੇ ਉਹਨਾਂ ਨੇ ਕੰਮ ਕੀਤਾ, ਉਹਨਾਂ ਨੂੰ ਬਰਾਬਰ ਜਾਣਕਾਰੀ। ਇੱਕ ਤਾਂ ਮੈਂ ਇਹ ਕਹਿੰਦਾ, ਦੂਸਰਾ ਬੁਰਹਾਨ ਬਾਨੀ ਦੇ ਬਾਰੇ ਕਿਹਾ ਉਹ ਇੱਕ ਟੈਰਿਸਟ ਸੀ, ਔਰ ਉਹਦੇ ਨਾਲ ਕੈਸਾ ਵਿਵਹਾਰ ਹੋਣਾ ਚਾਹੀਦਾ ਸੀ, ਅਤੇ ਇਹ ਕਹਿੰਦੇ ਆ ਕਿ ਉਹਦੇ ਨਾਲ ਬਹੁਤ ਅੱਛਾ ਵਿਵਹਾਰ ਕਰਨਾ ਸੀ ਅਤੇ ਕਸ਼ਮੀਰ ਦੇ ਲੋਕ ਬਹੁਤ ਖਿਲਾਫ਼ ਨੇ, ਅਤੇ ਟੈਰਿਸਟ ਨੂੰ ਛੱਡਿਆ ਨਹੀਂ ਜਾ ਸਕਦਾ ਕਿਸੇ ਵੀ ਕੀਮਤ 'ਤੇ, ਸਾਡੀ ਸਰਕਾਰ ਟੋਲਰੇਟ ਨਹੀਂ ਕਰਦੀ, ਜ਼ੀਰੋ ਟੋਲਰੈਂਸ ਆ। ਔਰ ਕੋਈ ਗੱਲ ਨਹੀਂ, ਤੁਸੀਂ ਚਿੰਤਾ ਨਾ ਕਰੋ, ਤੁਹਾਡੇ ਲਈ ਤਾਂ ਪਾਕਿਸਤਾਨ ਵੀ ਵਧੀਆ, ਪਰ ਨਹੀਂ ਤੁਸੀਂ ਜਾਓ ਉੱਥੇ, ਫਿਰ ਕਰੋ, ਕਿਉਂ ਵਿੱਚ ਡਿਸਟਰਬ ਕਰਦੇ ਹੋ? ਸਰਹੱਦ ਪਾਰ ਤੋਂ ਜਿਹੜੀ ਫੰਡਿੰਗ ਆ ਰਹੀ ਸੀ, ਉਹ ਫੰਡਿੰਗ ਜਿਹੜੀ ਆ ਉਹ ਉਹਦੇ 'ਤੇ ਰੋਕ ਲੱਗੀ ਹੈ ਬਹੁਤ ਬੜੀ, ਜਿਵੇਂ ਨੋਟਬੰਦੀ ਵੇਲੇ ਕਿਹਾ ਸੀਗਾ ਆਪਾਂ, ਨਹੀਂ ਹੁਣ ਪੱਥਰਬਾਜ਼ੀ 'ਤੇ ਰੋਕ ਲੱਗੀ ਹੈ, ਉਵੇਂ ਸਰਹੱਦ ਪਾਰ ਤੋਂ ਫੰਡਿੰਗ 'ਤੇ ਰੋਕ, ਫੰਡਿੰਗ 'ਤੇ ਰੋਕ ਲੱਗੀ ਆ। ਔਰ ਰਿਜ਼ਰਵੇਸ਼ਨ ਦਾ ਫਾਇਦਾ ਪਹਿਲਾਂ ਕਸ਼ਮੀਰ ਨੂੰ ਨਹੀਂ ਮਿਲਦਾ ਸੀ, 370 ਹਟਣ ਨਾਲ ਮਿਲ ਰਿਹਾ। ਔਰ ਦੂਸਰਾ, 3.5 ਲੱਖ ਲੋਕਾਂ ਨੂੰ ਇਲੈਕਟ੍ਰਿਸਿਟੀ ਦੇ ਕਨੈਕਸ਼ਨ
और उदे च इजाफा हो रहा और इंफ्रास्ट्रक्चर बन रहा तो मैं समझदा कि विकास भी होएगा और इंडस्ट्री जो जाती है इंडस्ट्री उत्थे टेक्निकल हैंड चाहिए है फंडिंग चाहिए है और उत्थे उस तरह का माहौल भी चाहिए होंगे तो वह माहौल सरकार हुण बना रही है तो इंडस्ट्री भी उत्थे जाएगी और इंडस्ट्री नूं प्रमोट कर रहे हैं और बिल्कुल कश्मीर जरा एक इन्वेस्टर समिट का जिक्र होया क्यों नहीं कर रहे उदे लिए भी साजगार माहौल बन रहा अच्छा ते चोणा वास्ते भी साजगार माहौल बन जाएगा चोणा जड़ियां होनियां बिल्कुल बनेगा उत्थों दे लीडर मैं आ रहा विक्रमजीत उत्थों दे लीडर नजरबंद है वो लीडर इलेक्शन विच उतरणगे बिल्कुल उतरणगे सारे बाहर विक्रमजीत विक्रमजीत इलेक्शन ते मैनूं जवाब नेट भी खोल दित्ता गया होर खोल देंगे अगर तुहाडे मेन 3 सीएमस जिहड़े इंक्लूडिंग महबूबा मुफ्ती जो इन्हां दी कोलिशन गवर्नमेंट विच सीगी उन्होंने हैड अ कोलिशन गवर्नमेंट विद महबूबा मुफ्ती फॉर 2.5 or 3 years उन्होंने तुम बंद करके रखो उन्होंने तुम स्ट्रीट्स से जाके अपील नहीं कर दोगे पोलिटिकल भी तो किस किस्म की इलेक्शन तुम कर रहे हो देखो 87 के बाद कश्मीर क्यों पड़ गया क्योंकि राजीव गांधी ने और फारूक अब्दुल्ला ने इलेक्शन रिग की बिल्कुल ठीक है गल तुम कश्मीरियों एक फेक जी इलेक्शन रिजल्ट दे दो कश्मीरी के दिल च वो अग लगी हुई है और पड़केगी देखो मैं बिल्कुल सहमत हाँ बीजेपी की जिहड़ा कहना एक गल बड़ी क्लीयर है कि टैररिज्म टैररिस्ट बहुत मारे ने उत्थे पक्की गल साडी सिक्योरिटी फोर्सेस दे जिहड़े कैजुअलिटीज वो भी हेठ आई हैं इनफिल्ट्रेशन भी घट हुई है ठीक है ना वायलेंट इंसीडेंट्स भी घट हो रहे हैं दैट इज़ ट्रू बट द पॉइंट इज़ कि सारी जिहड़ी ए फ्यूचर कश्मीर का इज़ डिपेंडेंट अपॉन द पीपल ऑफ कश्मीर अज तां तुसीं इन्हां नूं मूंह बन के हथ पैर बन के मूँह ते पट्टा पा के तुसीं बंद कर लिया पर द क्वेश्चन इज किन्नी देर तुसी ये कहना चाह रहे हो कि जदों ब्रॉडबैंड सेवा उत्थे ब्रॉडबैंड देखो किन्नी देर तक तुसी लोकां नूं 3G 4G तक जावांगे वो सब चीज़ें नॉट जस्ट इंटरनेट देखो किते ना किते ते लोकों दा जिहड़ा अपनी अंदरों दी गल पढ़ के बाहर आएगी मैं सिंपल जी गल कह रहा जिस दिन लोग कश्मीर दे पड़क के सड़कां ते आ जाएंगे लखां विच विदाउट फायरिंग गन्स तुसी वह संभाल ही नहीं सकोगे फिर तुहाडा जिहड़ा आर्टिकल 370 एब्रोगेट करो ना करो दुनिया सारी देखेगी ਕਹੇਗੀ ਤੁਸੀਂ ਇਹ ਲੋਕਾਂ ਨੂੰ ਮਾਰੀ ਜਾ ਰਹੇ ਕਿਉਂਕਿ ਕੁੱਟ ਕੁੱਟ ਕੇ ਤੁਸੀਂ ਲੋਕਾਂ ਨੂੰ ਅੰਦਰ ਕਰੋਗੇ ਬਹੁਤ ਮੋਟਾ ਮੋਟਾ ਕਿਹਦਾ ਸਭ ਬੁਰਹਾਨ ਮਾਣੀ ਦੇ ਬਾਅਦ ਇਹ ਲਾਲ ਚੌਂਕ ਦੇ ਵਿੱਚ ਬਿਲਕੁਲ 7-8 ਲੱਖ ਲੋਕ ਇਕੱਠੇ ਹੋ ਗਏ ਸੀ ਜਿਹੜੇ ਬਿਲਕੁਲ ਘਰਾਂ ਨੂੰ ਜਾਣ ਲਈ ਤਿਆਰ ਨਹੀਂ ਸੀ ਜਦ ਤੱਕ ਫੈਸਲਾ ਨਹੀਂ ਹੁੰਦਾ 2016 'ਚ ਇਹ ਬਿਲਕੁਲ ਠੀਕ ਕਹਿ ਰਹੇ ਆ ਵਿਕਰਮ ਜੀ ਕਿ ਇਹੋ ਜਿਹੇ ਹਾਲਾਤ ਦੁਬਾਰਾ ਬਣ ਸਕਦੇ ਹਰਦੀਪ ਸਿੰਘ ਸਵਾਲ ਇਹ ਹੈ ਕਿ ਜਦੋਂ ਉੱਥੇ ਸਾਜਗਰ ਮਾਹੌਲ ਬਣੂਗਾ ਇਲੈਕਸ਼ਨਸ ਉੱਥੇ ਡਿਊ ਹੈਗੀਆਂ ਇਲੈਕਸ਼ਨਸ ਕਦੋਂ ਹੋਣੀਆਂ ਇਹ ਸਰਕਾਰ ਨੇ ਹੁਣ ਦੇਖਣਾ ਚੋਣ ਕਮਿਸ਼ਨ ਨੇ ਦੇਖਣਾ ਕਿੰਗਰਾ ਸਾਹਿਬ ਸਵਾਲ ਇਹ ਹੈ ਜਦੋਂ ਉੱਥੋਂ ਦੇ ਲੀਡਰ ਨਜ਼ਰਬੰਦ ਹੈ ਉਹਨਾਂ ਨੇ ਇਲੈਕਸ਼ਨ ਲੜਨਾ ਮੰਨ ਲਓ ਜੇ ਅਸੀਂ ਇਹ ਮੰਨ ਕੇ ਚੱਲੀਏ ਕਿ ਉਹ ਲੀਡਰ ਇਲੈਕਸ਼ਨ ਲੜਨ ਤੋਂ ਮਨਾ ਕਰਦੇ ਆ ਫਿਰ ਸਥਿਤੀ ਕੀ ਹੋਊਗੀ ਦੇਖੋ ਇਸ ਤਰ੍ਹਾਂ ਹੁੰਦਾ ਪਹਿਲੀ ਗੱਲ ਤਾਂ ਸਾਨੂੰ ਇਸ ਗੱਲ ਦੇ ਉੱਤੇ ਇੱਕ ਵਿਚਾਰ ਕਰਨਾ ਪਏਗਾ ਕਿ ਕੀ ਅੱਤਵਾਦ ਬਿਮਾਰੀ ਹੈ ਜਾਂ ਅੱਤਵਾਦ ਲੱਛਣ ਹੈ ਜੇ ਤਾਂ ਅੱਤਵਾਦ ਬਿਮਾਰੀ ਹੈ ਫਿਰ ਤਾਂ ਉਹਨੂੰ ਤੁਸੀਂ ਐਂਡਰੋਮੈਡਾ ਸਟ੍ਰੇਨ ਦੀ ਤਰ੍ਹਾਂ ਐਟਮ ਬੰਬ ਸਿੱਟ ਕੇ ਵੀ ਮਾਰ ਦਿਓ ਪਰ ਜੇ ਅੱਤਵਾਦ ਲੱਛਣ ਹੈ ਕਿਸੇ ਹੋਰ ਬਿਮਾਰੀ ਦਾ ਤੇ ਫਿਰ ਅੱਤਵਾਦ ਤੇ ਕਾਬੂ ਜਿਹੜਾ ਹੈ ਉਹ ਪਿਆਰ ਤੇ ਸਤਿਕਾਰ ਨਾਲ ਹੀ ਪਾਇਆ ਜਾ ਸਕਦਾ ਬੰਦੂਕਾਂ ਨਾਲ ਨਹੀਂ ਪਾਇਆ ਜਾ ਸਕਦਾ ਤੁਸੀਂ ਬਹੁਤ ਛੋਟੀ ਗੱਲ ਵੀ ਬਹੁਤ ਵੱਡੀ ਗੱਲ ਕਹੀ ਹੈ ਸੋ ਇਸ ਕਰਕੇ ਇਹ ਸਾਨੂੰ ਸੋਚਣਾ ਪਏਗਾ ਕਿ ਅੱਤਵਾਦ ਲੱਛਣ ਹੈ ਜਾਂ ਅੱਤਵਾਦ ਬਿਮਾਰੀ ਹੈ ਤੁਸੀਂ ਦੇਖੋ ਜਦੋਂ ਬਿਲ ਕਲਿੰਟਨ ਇੱਥੇ ਆਏ ਸੀ ਉਦੋਂ 24-25 ਸਿੱਖਾਂ ਦਾ ਕਤਲ ਹੋਇਆ ਸੀ ਚਿੱਠੀ ਸਿੰਘਪੁਰਾ ਦੇ ਵਿੱਚ ਕਤਲ ਹੋਇਆ ਸੀ ਉਸ ਵੇਲੇ ਕੁਛ ਨੇਤਾਵਾਂ ਦੇ ਵਿਚਾਰ ਸੀ ਕਿ ਸਿੱਖਾਂ ਨੂੰ ਉੱਥੋਂ ਮਾਈਗ੍ਰੇਟ ਕਰਕੇ ਬਾਹਰ ਕੱਢ ਦਿੱਤਾ ਜਾਵੇ ਪਰ ਮੈਂ ਉਹਨਾਂ ਲੋਕਾਂ ਨੂੰ ਜਾਣਦਾ ਜਿਨ੍ਹਾਂ ਲੋਕਾਂ ਨੇ ਵੱਡੇ ਵੱਡੇ ਨੇਤਾਵਾਂ ਨੇ ਉਹਨਾਂ ਨਾਲ ਮੈਂ ਕੰਮ ਕੀਤਾ ਜਿਨ੍ਹਾਂ ਨੇ ਇਸ ਗੱਲ ਦੇ ਉੱਤੇ ਓਬਜੈਕਸ਼ਨ ਕੀਤਾ ਸੀ ਕਿ ਇਹ ਕੰਮ ਨਾ ਕਰੋ ਸਿੱਖਾਂ ਨੂੰ ਉੱਥੇ ਰਹਿਣ ਦਿਓ ਇਹ ਡਟ ਕੇ ਰਹਿਣਗੇ ਪਰ ਉਸ ਤੋਂ ਪਹਿਲਾਂ ਮੇਰੀ ਅਗਲੀ ਪੂਰੀ ਗੱਲ ਕਰਦੇ ਉਸ ਤੋਂ ਪਹਿਲਾਂ ਜੇ ਤੁਸੀਂ ਮਾਈ ਫਰੋਜ਼ਨ ਟਰਬੂਲੈਂਸ ਪੜ੍ਹੋ ਜਗਮੋਹਨ ਦੀ ਲਿਖੀ ਹੋਈ ਕਿਤਾਬ ਤੇ ਐਮ ਜੇ ਅਕਬਰ ਦੀ ਕਿਤਾਬ ਬਿਹਾਈਂਡ ਦਾ ਵੇਲ ਪੜ੍ਹੋ ਕਸ਼ਮੀਰ ਦੇ ਉੱਤੇ ਫਰੋਜ਼ਨ ਟਰਬੂਲੈਂਸ ਦੇ ਵਿੱਚ ਜਗਮੋਹਨ ਲਿਖਦੇ ਨੇ ਕਿ ਮੈਂ ਕਸ਼ਮੀਰੀ ਪੰਡਤਾਂ ਨੂੰ ਕਸ਼ਮੀਰ ਚੋਂ ਕੱਢ ਕੇ ਬਾਹਰ ਲਿਆਉਂਦਾ ਹੈ ਕੀ ਉਹ ਕਿੱਡਾ ਕੁ ਸਿਆਣਾ ਫੈਸਲਾ ਸੀ ਇਹ ਸਿਰਫ ਅਗਾਂਹ ਇਤਿਹਾਸ ਦੱਸੇਗਾ ਕਿ ਉਹ ਕਿੱਡਾ ਕੁ ਸਿਆਣਾ ਫੈਸਲਾ ਸੀ ਨਹੀਂ ਨਹੀਂ ਇਹ ਜਦੋਂ 1990 ਦਾ ਜ਼ਿਕਰ ਕਰਦੇ ਹੋ ਉਸ ਦਾ ਹੱਕੇ ਦਾ ਜ਼ਿਕਰ ਕਰਦੇ ਆ ਤੁਸੀਂ ਮੈਨੂੰ ਦੱਸੋ ਜੇ 1970 1970 ਜਿਹੜਾ ਫੈਸਲਾ ਗਲਤ ਸੀ ਤੇ ਕਸ਼ਮੀਰੀ ਪੰਡਤਾਂ ਨੂੰ ਕਸ਼ਮੀਰ ਚੋਂ ਬਾਹਰ ਕੱਢਣਾ ਜਗਮੋਹਨ ਦਾ ਕਿੱਡਾ ਕੁ ਸਿਆਣਾ ਫੈਸਲਾ ਸੀ ਮੈਂ ਇਹ ਸਵਾਲ ਲੈਣਾ ਚਾਹੁੰਦਾ ਸੀ ਕਸ਼ਮੀਰੀ ਪੰਡਤਾਂ ਦਾ ਜ਼ਿਕਰ ਕਿਉਂ ਨਹੀਂ ਹੋ ਰਿਹਾ ਨਹੀਂ ਆਈ ਥਿੰਕ ਇਹ ਜਿਹੜੀ ਜਗਮੋਹਨ ਵਾਲੀ ਕਨਸਪੀਰੇਸੀ ਥਿਉਰੀ ਹੈ ਬਿਲਕੁਲ ਗਲਤ ਥਿਉਰੀ ਹੈਗੀ ਹੈ ਕਸ਼ਮੀਰੀ ਪੰਡਤਾਂ ਨੂੰ ਕਸ਼ਮੀਰ ਦੇ ਕੁਝ ਸੈਕਸ਼ਨ ਆਫ ਲੋਕਾਂ ਨੇ ਉਗਰਵਾਦੀਆਂ ਨੇ ਮਾਰ ਕੇ ਕੁੱਟ ਕੇ ਉਹਨਾਂ ਨੂੰ ਰੇਪ ਕਰਕੇ ਉਹਨੇ ਔਰਤਾਂ ਨੂੰ ਘਰ ਸਾੜ ਕੇ ਔਰ ਦੇਖੋ ਕਸ਼ਮੀਰ ਪੜੋ ਜੀ ਪਲੀਜ਼ ਆਈ ਐਮ ਨੋਟ ਇੰਟਰਪਟਿਡ ਯੂ ਆਰ ਯੂ ਪਲੀਜ਼
उन्होंने उनकी प्रॉपर्टी सारी कब्जा की हुई है। मैं तो देख रहा चप्पा चप्पा की हाल है कश्मीर में। उन्होंने देर इज़ अ पार्ट ऑफ द कश्मीरी पीपल हु डिडंट वांट कश्मीरी पंडित्स एंड इट वॉज एन एथनिक क्लेंसिंग। विक्रम जी मैं एक सवाल जवाब कश्मीरी पंडितों के जरा उदो हालात हो जो जिक्र कर रहे हो धारा 370 उस इंसीडेंट को जोड़ के देखना चाहना चाहिए कि नहीं। नहीं ये तो देखो बीजेपी का पोलिटिकल प्रोपागेंडा चलता है। ये सोचते हैं कि असी लोगों को आर्टिकल 370 हटा के एक मैजिक वैंड चलाता है पोलिटिकली, ठीक है ना। बट द थिंग इज के कश्मीर विच स्टेबिलिटी और पीस का एक बहुत वड्डा साइन तद आएगा जब बीजेपी कश्मीरी पंडितों वापस कश्मीर विच रिस्टोर करेगी विद प्रोपर। ठीक है मैं इस सवाल ते आ रहा हूं कश्मीरी पंडित उत्थे वापस जा सकते हैं? बिल्कुल नहीं। ਉੱਥੇ ਇਹਨਾਂ ਨੇ ਉੱਥੇ ਉਹਨਾਂ ਨੇ ਕਲੋਨੀਆਂ ਬਣਾਈਆਂ ਹੋਈਆਂ ਥੋੜ੍ਹੇ ਜਿਹੇ ਉੱਥੇ ਗਏ ਹੋਏ ਆ ਉੱਥੇ ਉਹ ਕੁਛ ਉੱਥੇ ਲੋਕਲ ਵੀ ਉਹਨਾਂ 'ਚ ਕਲੋਨੀਆਂ ਦੇ ਵਿੱਚ ਸ਼ਿਫਟ ਹੋ ਗਏ ਆ ਕੋਈ ਉੱਥੇ ਖੁਸ਼ ਨਹੀਂ ਆ। ਤਿੰਨ ਵੱਡੇ ਆਰਟੀਕਲ ਇੰਡੀਅਨ ਐਕਸਪ੍ਰੈਸ 'ਚ ਹੁਣੇ ਹੀ ਉਹਨਾਂ ਪੰਡਿਤਾਂ ਦੇ ਉੱਤੇ ਆਏ ਜਿਹੜੇ ਉੱਥੇ ਜਾਣਾ ਨਹੀਂ ਚਾਹੁੰਦੇ। ਮੈਨੂੰ ਨਹੀਂ ਲੱਗਦਾ ਉਹ ਜਾਣਗੇ, ਕਾਰਨ ਉਹਦਾ ਇਹ ਆ ਕਿ ਉਹ ਮਾਹੌਲ ਹੀ ਨਹੀਂ ਹੈਗਾ। ਅਤੇ ਫਿਰ ਨਹੀਂ ਮੈਨੂੰ ਸਵਾਲ ਦੇ ਦਿਓ ਫਿਰ ਮਾਹੌਲ ਕਿਸ ਲਈ ਸਾਜ਼ਗਾਰ ਹੋ ਰਿਹਾ? ਸਾਜ਼ਗਾਰ ਲਈ ਉੱਥੇ ਤੁਸੀਂ ਆਹ ਦੇਖ ਲਿਓ ਹੁਣੇ ਤੁਸੀਂ ਆ ਠੰਡ ਜਾਣਦੇ ਹੋ ਕਾਲਜ ਖੁੱਲ ਜਾਣੇ ਆ ਪਤਾ ਲੱਗ ਜੂਗਾ ਤੁਹਾਨੂੰ ਕਾਲਜ ਜਦੋਂ ਖੁੱਲ ਜਾਣਗੇ ਇਲੈਕਸ਼ਨ ਜਿੱਤਣ ਵਾਸਤੇ ਹੋ ਰਿਹਾ ਕਾਲਜ ਖੁੱਲ ਜਾਣਗੇ ਦੀ ਨਹੀਂ ਗੱਲ ਹੋ ਰਹੀ। ਅੱਛਾ ਕੇਪੀ ਜੀ ਆਈ ਥਿੰਕ ਯੂ ਹੈਵ ਟੂ ਅੰਡਰਸਟੈਂਡ ਵਨ ਦੂਸਰੀ ਗੱਲ ਜਿਹੜੀ ਇੱਕ ਛੋਟੀ ਜੀ ਸੌਰੀ ਇਖਵਾਣੀ ਇੱਕ ਆਫੀਸ਼ੀਅਲੀ ਗਵਰਨਮੈਂਟ ਵੱਲੋਂ ਉੱਥੇ ਪੈਦਾ ਕੀਤੀ ਗਈ ਸੀ ਜਿਹਨੇ ਕੁਝ ਇਹੋ ਜਿਹੀਆਂ ਟੈਰਰਿਸਟ ਐਕਟੀਵਿਟੀਜ਼ ਕੀਤੀਆਂ ਔਰ ਇਹ ਹਰ ਬੰਦਾ ਉੱਥੇ ਕਸ਼ਮੀਰ ਦਾ ਕਹਿੰਦਾ ਕਿ ਜਗਮੋਹਨ ਨੇ ਖੁਦ ਉੱਥੋਂ ਪੰਡਤਾਂ ਨੂੰ ਰਾਤੋ ਰਾਤ ਡਰਾ ਡਰਾ ਕੇ ਬਿਲਕੁਲ ਉਹਨੇ ਕਿਹਾ ਆ ਕਿ ਹਰ ਬੰਦਾ ਕਹਿੰਦਾ ਕਿ ਉਹਨੇ ਉੱਥੋਂ ਉਹਨਾਂ ਨੂੰ ਮਾਈਗ੍ਰੇਟ ਕਰਨ ਲਈ ਇਨਕਰੇਜ ਕੀਤਾ। ਕਾਰਨ ਕੀ ਸੀ ਜਦੋਂ ਮੈਂ ਪੁੱਛਦਾ ਸੀ ਉਹ ਕਹਿੰਦੇ ਸੀ ਉਹਨਾਂ ਉਹ ਇਹ ਕਹਿੰਦਾ ਸੀਗਾ ਫਿਰ ਇਹਨਾਂ ਨੂੰ ਅਸੀਂ ਸਬਕ ਸਿਖਾਵਾਂਗੇ ਨਹੀਂ ਤਾਂ ਤੁਹਾਡਾ ਨੁਕਸਾਨ ਹੋ ਜੂ ਤੁਸੀਂ ਚਲੇ ਜਾਓ। ਕੇਪੀ ਜੀ ਇਹਨਾਂ ਦੀ ਜਿਹੜੀ ਥਿਉਰੀ ਆ ਇਟ ਇਜ਼ ਅ ਵੈਰੀ ਪੋਲੀਟੀਕਲ ਥਿਉਰੀ। ਦੇਖੋ ਕਸ਼ਮੀਰੀ ਪੰਡਤਾਂ ਨਾਲ ਕੀ ਹੋਇਆ ਆਲਰੇਡੀ ਐਕਸਪਲੇਨਡ ਇਨ ਕਸ਼ਮੀਰ। ਉਹਦੇ ਬਾਅਦ ਕਸ਼ਮੀਰ ਵਿੱਚ ਆਫਟਰ ਜਗਮੋਹਨ ਅਤੇ 1990 ਦੇ ਬਾਅਦ ਹੀ ਵੈਂਟ ਬੈਕ ਟੂ ਹੀ ਵਾਸ ਸੈਂਟ ਬੈਕ ਟੂ ਡੈਲੀ। ਨਡੀਹਲ ਮੈਸੇਕਰ ਆਫ ਕਸ਼ਮੀਰੀ ਪੰਡਿਤਸ, ਵਧਾਮਾ ਮੈਸੇਕਰ ਆਫ ਕਸ਼ਮੀਰੀ ਪੰਡਿਤਸ, ਆਈ ਵਾਸ ਦੇਅਰ ਵੈਨ ਵਧਾਮਾ ਕਸ਼ਮੀਰੀ ਪੰਡਿਤਸ ਆਫ ਮੈਸੇਕਰ। ਦੈਨ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਵੈਸਟ ਆਫ ਦਾ ਚਿਨਾਬ ਇਨ ਦਾ ਜੰਮੂ ਰੀਜਨ ਇਹਨਾਂ ਨੇ ਮਾਈਨੋਰਿਟੀ ਕਮਿਊਨਿਟੀ ਨੂੰ ਜਾ ਕੇ ਪਿੰਡ ਦੇ ਪਿੰਡ ਜਿੱਥੇ ਹਿੰਦੂ ਸੀਗੇ ਉਹਨਾਂ ਨੂੰ ਸਾਫ਼ ਕਰਤਾ। ਯੂ ਰਿਮੈਂਬਰ ਪਰਾਨਕੋਟ ਮੈਸੇਕਰ, 29 ਹਿੰਦੂਜ਼ ਵਰ ਕਿਲਡ ਬਾਏ ਦੀਸ ਪੀਪਲ। ਸੋ ਇਟ ਇਜ਼ ਅ ਕੋਂਸਪਰੇਸੀ ਟੂ ਇਲੀਮੀਨੇਟ ਦੀ ਮਾਈਨੋਰਿਟੀ ਕਮਿਊਨਿਟੀਜ਼ ਫਰੋਮ ਜੰਮੂ ਐਂਡ ਕਸ਼ਮੀਰ ਐਂਡ ਫੋਰਮ ਦੇਅਰ ਜੋ ਇਹਨਾਂ ਦੇ ਲਾਰਜਰ ਪਲਾਨਸ ਹੈਗੇ। ਇਹਦੇ ਵਿੱਚ ਜਗਮੋਹਨ ਪਰਾਨਕੋਟ ਵਿੱਚ ਜਗਮੋਹਨ ਦਾ ਕੀ ਰੋਲ ਸੀਗਾ? ਨਹੀਂ ਨਹੀਂ ਫਿਰ ਇੱਕ ਮਿੰਟ, ਇਹ ਸਵਾਲ ਪੈਦਾ ਹੁੰਦਾ ਕਿ ਉਦੋਂ ਬਾਅਦ 1990 ਤੋਂ ਬਾਅਦ ਇੱਕ ਵੀ ਜਿਹੜਾ ਜਿਹੜਾ ਪੰਡਿਤ ਹੈ ਉਹਨੂੰ ਮਾਰਿਆ ਕਿਉਂ ਨਹੀਂ ਗਿਆ? ਉਹ ਬਿਲਕੁਲ ਮੈਂ ਉਹਨਾਂ ਨੂੰ ਮਿਲ ਕੇ ਆਇਆ, ਉਹ ਕਹਿੰਦੇ ਸਾਡੀ ਕੋਈ ਦਿੱਕਤ ਨਹੀਂ ਹੈ। ਮੈਂ ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਊਂਗਾ। ਹਰਜੀਤ ਸਿੰਘ ਗਿੰਗਰਾ ਨੇ ਇੱਕ ਸਵਾਲ ਖੜਾ ਕਰ ਦਿੱਤਾ ਕਿ ਜੰਮੂ ਕਸ਼ਮੀਰ ਦਾ ਮੁੱਦਾ ਜਦੋਂ ਇਹ ਸਵਾਲ ਕੀਤਾ ਜਾਂਦਾ ਕਿ ਸਾਜ਼ਗਾਰ ਮਾਹੌਲ ਕਿਸ ਲਈ ਬਣਾਇਆ ਜਾ ਰਿਹਾ ਹੈਗਾ, ਕਿ ਕਿਸ ਤਰ੍ਹਾਂ ਦੇ ਉੱਥੇ ਦਹਿਸ਼ਤਗਰਦੀ ਨੂੰ ਰੋਕਿਆ ਜਾਏਗਾ, ਜਾਂ ਇੱਥੋਂ ਜਿਹੜੇ ਕਸ਼ਮੀਰ ਤੋਂ ਲੋਕ ਉੱਥੋਂ ਭੇਜੇ ਗਏ ਸੀ ਉਹਨਾਂ ਨੂੰ ਵਾਪਸ ਉੱਥੇ ਲਿਜਾਇਆ ਜਾਊਗਾ, ਜਾਂ ਸਾਰਾ ਭਾਰਤ ਹੈ ਜਿਹੜਾ ਉਹ ਕਸ਼ਮੀਰ ਦੇ ਵਿੱਚ ਉਵੇਂ ਹੀ ਜਾ ਸਕੇਗਾ ਜਿਵੇਂ ਬਾਕੀ ਸੂਬਿਆਂ ਵਿੱਚ ਜਾਂਦਾ? ਇਹੋ ਜਿਹੇ ਸਵਾਲ ਜਦੋਂ ਆਉਂਦੇ ਆ ਤਾਂ ਜਦੋਂ ਹਰਦੀਪ ਸਿੰਘ ਕਿੰਗਰਾ ਇਹ ਗੱਲ ਕਹਿਣ ਕਿ ਇਹ ਇਲੈਕਸ਼ਨ ਲਈ ਇਹ ਜੰਮੂ ਕਸ਼ਮੀਰ ਦਾ ਮਾਹੌਲ ਬਣਾਇਆ ਜਾ ਰਿਹਾ ਹੈਗਾ, ਤਾਂ ਫਿਰ ਸਵਾਲ ਪੁੱਛਣਾ ਬਣਦਾ ਹੈਗਾ। ਬ੍ਰੇਕ ਤੋਂ ਵਾਪਸ ਆ ਕੇ ਫਿਰ ਪੁੱਛੂੰਗਾ ਕਿੱਥੇ ਖੜੀ ਕਸ਼ਮੀਰ ਦੀ ਕਿਸ਼ਤੀ। ਸਵਾਲ ਇੱਕ ਪੁੱਛ ਰਹੇ ਹਾਂ ਅਸੀਂ, ਧਾਰਾ 370 ਹਟਾਉਣ ਦੇ 6 ਮਹੀਨੇ ਬਾਅਦ ਜੰਮੂ ਕਸ਼ਮੀਰ ਦੀ ਕਿਹੜੀ ਤਸਵੀਰ 'ਤੇ ਤਕਰਾਰ ਹੈ? ਵਿਕਰਮ ਜੀ ਤਾਂ ਇੱਕ ਬੜਾ ਸੰਖੇਪ ਵਿੱਚ ਮੈਨੂੰ ਤੁਹਾਡਾ ਜਵਾਬ ਚਾਹੀਦਾ। ਹਰਦੀਪ ਸਿੰਘ ਕਿੰਗਰਾ, ਇੱਕ ਮੈਂ ਜਦੋਂ ਸਵਾਲ ਕਰਦਾ ਕਿਹੜੇ ਕਿਸ ਦੇ ਲਈ ਮਾਹੌਲ ਸਾਜ਼ਗਾਰ ਬਣਾਉਣ ਦੀ ਕੋਸ਼ਿਸ਼ ਹੈ, ਇਹ ਕਹਿੰਦੇ ਇਲੈਕਸ਼ਨ ਲਈ, ਇਹਦਾ ਮਤਲਬ ਕੀ ਹੈ? ਨਹੀਂ, ਇਟ ਇਜ਼ ਨੋਟ ਓਨਲੀ ਇਲੈਕਸ਼ਨ, ਬੀਜੇਪੀ ਹੈਜ਼ ਐਨ ਆਈਡੀਓਲੋਜੀਕਲ ਏਜੰਡਾ। ਉਹਨਾਂ ਦੀ ਵਿਜ਼ਨ ਆਫ ਇੰਡੀਆ ਇਜ਼ ਟੋਟਲੀ ਡਿਫਰੈਂਟ ਫਰੋਮ ਦਾ ਕਾਂਗਰਸ ਵਿਜ਼ਨ, ਠੀਕ ਹੈ ਨਾ। ਉਹ ਜੋ ਅੱਜ ਕਰ ਰਹੇ ਉਹ ਇੱਕ ਆਈਡੀਓਲੋਜੀਕਲ ਵਿਜ਼ਨ ਆਪਣੀ ਇੰਪਲੀਮੈਂਟ ਕਰੇ। ਉਹ ਬੜੀ ਦੇਰ ਦੀ ਕਹਿ ਰਹੇ ਕਿ ਇਹ ਦੇਖੋ 370 ਗਲਤ ਹੈ, ਇਟ ਇਜ਼ ਨੋਟ ਓਨਲੀ ਮੋਦੀ ਹੋ ਜਾਣਾ। ਬਹੁਤ ਦੇਰ ਦਾ ਬੀਜੇਪੀ ਦਾ ਥੋਟ ਚੱਲ ਰਿਹਾ ਕਿ ਇਹ 370 ਕਸ਼ਮੀਰ ਲਈ ਠੀਕ ਨਹੀਂ ਹੈ, ਭਾਰਤ ਲਈ ਠੀਕ ਨਹੀਂ ਹੈ। ਸੋ ਇਹ ਆਈ ਡੋਂਟ ਥਿੰਕ ਇਟ ਇਜ਼ ਓਨਲੀ ਪੋਲੀਟੀਕਲ ਥਿੰਗ, ਇਟ ਇਜ਼ ਆਲਸੋ ਵੈਰੀ ਆਈਡੀਓਲੋਜੀਕਲ। ਬੀਜੇਪੀ ਇਜ਼ ਡ੍ਰਿਵਨ ਬਾਈ ਆਈਡੀਓਲੋਜੀ, ਠੀਕ ਹੈ। ਔਰ ਮੈਂ ਇੱਕ ਗੱਲ ਪ੍ਰਾਈਮ ਮਿਨਿਸਟਰ ਦੀ ਪੁਆਇੰਟ ਆਊਟ ਕਰੂੰਗਾ। ਪ੍ਰਾਈਮ ਮਿਨਿਸਟਰ ਸਾਹਿਬ ਨੇ ਅੱਜ ਲੋਕ ਸਭਾ ਵਿੱਚ ਬੜੀ ਸੂਫੀ ਸਿੰਕ੍ਰੈਟਿਕ ਕਲਚਰ ਦੀ ਬੜੀ ਵੱਡੀਆਂ ਵੱਡੀਆਂ ਜੀ ਲਾਲ ਡੈਡ ਐਂਡ ਯੂ ਨੋ ਨੁੰਦ ਰਸ਼ੀ। ਅੱਜ ਜਿਹੜੀ ਬੀਜੇਪੀ ਔਰ ਆਰਐਸਐਸ ਦੀ ਮੋਨੋ ਕਹਿੰਦੇ ਨਾ ਮੋਨੋਕਲਚਰਲਿਜ਼ਮ, ਇੱਕ ਜਿਹੜੀ ਹਿੰਦੂਤਵਾ ਦੀ ਜਿਹੜੀ ਹੈਗੀ ਹੈ ਵਿਚ ਇਜ਼ ਕੰਪਲੀਟਲੀ ਕਲਚਰਲ ਨੈਸ਼ਨਲਿਜ਼ਮ ਵਿਚ ਡਜ਼ ਨੋਟ ਰਿਸਪੈਕਟ ਡਾਇਵਰਸਿਟੀ, ਉਹ ਇਜ਼ ਕੰਪਲੀਟਲੀ ਇਨ ਕੋਂਟਰਡਿਕਸ਼ਨ ਟੂ ਵਾਟ ਦੀ ਸੂਫੀ ਕਲਚਰ ਆਫ ਕਸ਼ਮੀਰ ਵਾਸ। ਕਸ਼ਮੀਰੀਆਂ ਨੂੰ ਤਾਂ ਕਹਿੰਦੇ ਤੁਸੀਂ ਸੂਫੀ ਕਲਚਰ ਅਡੋਪਟ ਕਰੋ, ਆਪ ਇੱਥੇ ਹਿੰਦੂਤਵਾ ਕਲਚਰ ਸਭ 'ਤੇ ਇੰਪੋਜ਼ ਕਰਨੇ। ਤੁਸੀਂ ਖਾਓਗੇ ਕੀ? ਤੁਸੀਂ ਗਾਣੇ ਕਿਹੜੇ ਗਾਓਗੇ? ਤੁਸੀਂ ਸਲੋਗਨਸ ਕਿਹੜੇ ਪਾਓਗੇ? ਤੁਸੀਂ ਕੱਪੜੇ ਕਿਹੜੇ ਪਾਓਗੇ? ਅੱਜ ਪ੍ਰਧਾਨ ਮੰਤਰੀ ਕਹਿ ਰਿਹਾ ਟੀ ਵੀ 'ਤੇ ਕੁਛ ਦਿਨ ਪਹਿਲੇ
कहता ये जो वहाँ इन्होंने जामा मस्जिद पर जामा मिलिया में दंगा हुआ सी, कहता आप इनके कपड़ों से पहचान जाओगे उन्हें। सो ये जड़ा है, ये डुप्लिसिटी है ना, ये जड़ी है डबल गेम, एक पखंड दी गेम हैगी है। आई थिंक ये कोई नेशन अगे नहीं जा सकता अगर ये दो गल्ला डुप्लीकेट गल्ला करे। ठीक है हरदीप सिंह, मैं एक सवाल तुहानूं कीता सीगा कि उत्थे जिहड़े लीडर है वह जो नज़रबंद रहणगे तो फिर इलैक्शन किवें होगा? तुहाड़े उत्थे लीडर है गुलाम नबी आजाद, उन्होंने भी संबोधन करके आए प्रधानमंत्री साहब ने, बहुत कुछ उत्थे बोलिया है गुलाम नबी आजाद साहब नूं दस्सिया कि स्थिति है की है ते तुसीं की दस्सदे पए हो। हरदीप सिंह किंगरा, कांग्रेस का स्टैंड की रहेगा जे वो लीडर इलैक्शन नहीं लड़ते? मेरा बहुत सीधा सवाल है, जे तुसीं जवाब दे सकते हो। देखो जे तुसीं किसी नूं लीडर कहने हो चाहे वह माड़ा चाहे चंगा, परिस्थितियां ते समां दसदा है कि कौन लीडर गद्दार है ते कौन लीडर वफादार है। जिवें जिवें प्रोफेसर साहब ने आख्या है कि जिन्हां नूं तुसीं अतवादी कहने हो वह किसी के शहीद है। भगत सिंह नूं अतवादी कहा सी अंग्रेज़ां ने, साडा शहीद भगत सिंह है। सो इस करके ये शहीद शहीद जिहड़ा ना वह भी बड़ा कंट्रोवर्शियल है। स्टैंड रहेगा मेरा तो सवाल बड़ा सीधा, नहीं नहीं जिहड़े लीडर ने उन्हां बिना तुसीं ये दसो तुसीं कोई लीडरशिप तैयार की है जिहड़ी कि वह लोगों नूं कॉन्टैक्ट करेगी? तुसीं भावें लीडर चंगे चाहे माड़े, मैं उन्होंने संधी छेद नहीं करता गा, लेकिन तुसीं दसो भी जे कल नूं लोगों नाल तुसीं संपर्क करना कि उहदे च संपर्क सिक्योरिटी फोर्सिस करनगियां जां पब्लिक मैन करनगे? गरेवाल साहब, गरेवाल साहब, तुसीं जम्मू कश्मीर दी जदों तैयार दसो लीडरशिप कीती कोई, जम्मू कश्मीर दी लीडरशिप खत्म करना चाहुंदे हो तुसीं? कोई लीडरशिप नहीं खत्म करना चाहुंदे, जिहड़े सही दिशा च लोग जा रहे आ उह उस सूबे नूं लीड करन, ते साडा किसे नूं खत्म करन दा कोई इरादा नहीं। इह जिहड़ी धारा 370 भी हटाई आ, ਇਹ ਦੋਨਾਂ ਸਦਨਾਂ ਦੇ ਅੰਦਰ ਡਿਬੇਟ ਵੀ ਹੋਈ, ਡਿਸਕਸ਼ਨ ਵੀ ਹੋਈ, ਔਰ ਉਹਦੇ ਉਸ ਤੋਂ ਬਾਅਦ ਫੈਸਲਾ ਲਿਆ ਗਿਆ ਔਰ ਉਹਨਾਂ ਸਦਨਾਂ 'ਚ ਬਹੁਮਤ ਨਾਲ ਲਿਆ ਗਿਆ, ਉਲਟਾ ਕੀਤਾ ਗਿਆ। ਔਰ ਨਹੀਂ ਜੰਮੂ ਕਸ਼ਮੀਰ ਦੀ ਰਾਏ ਲੈਣੀ ਚਾਹੀਦੀ ਸੀ, ਜੰਮੂ ਕਸ਼ਮੀਰ ਦੇ ਕਾਨੂੰਨ ਕਹਿੰਦਾ ਹੈ, ਸੰਵਿਧਾਨ ਕਹਿੰਦਾ, ਮੈਂ ਤਾਂ ਸੰਵਿਧਾਨ ਦਾ ਸਵਾਲ ਕਰ ਰਿਹਾ, ਸੰਵਿਧਾਨ ਕਹਿੰਦਾ ਕਿ ਲੈਣੀ ਚਾਹੀਦੀ ਸੀ, ਲੈਣੀ ਚਾਹੀਦੀ ਸੀ ਰਾਏ। ਇਸ ਤਰ੍ਹਾਂ ਸਭ ਪਹਿਲਾਂ رائے مشورے ਕਰਕੇ ਹੀ ਹੋਇਆ, ਕੋਈ ਇਸ ਤਰ੍ਹਾਂ ਦਾ ਨਹੀਂ ਹੋਇਆ ਔਰ ਬਿਲਕੁਲ ਠੀਕ ਕੀਤਾ ਔਰ ਜੰਮੂ ਦੀ ਬਿਹਤਰੀ, ਕਸ਼ਮੀਰ ਦੀ ਬਿਹਤਰੀ। ਤੁਸੀਂ ਇੱਕ ਸਵਾਲ ਦਾ ਜਵਾਬ ਦੇ ਸਕਦੇ ਹੋ? ਵੈਸੇ ਸਵਾਲ ਤੁਹਾਡੇ ਲਈ ਔਖਾ ਹੋਊਗਾ, ਤੁਸੀਂ ਇਸ ਮਾਮਲੇ ਤੇ ਜੰਮੂ ਕਸ਼ਮੀਰ ਦੇ ਵਿੱਚੋਂ ਕਿਸ ਨੂੰ ਭਰੋਸੇ ਵਿੱਚ ਲਿਆ ਸੀਗਾ, ਗਵਰਨਰ ਨੂੰ ਜਾਂ ਉੱਥੋਂ ਦੀ ਕੋਈ ਲੀਡਰਸ਼ਿਪ ਨੂੰ, ਕਿਹਨੂੰ ਭਰੋਸੇ ਵਿੱਚ ਲਿਆ? ਜਿਹੜੇ ਗਵਰਨਰ ਸਾਹਿਬ ਆ ਉਹਨਾਂ ਨੂੰ ਤਾਂ ਲੈ ਹੀ ਜਾਣਾ ਸੀ 5-6 ਮਹੀਨੇ ਪਹਿਲਾਂ ਦੀ ਆਪਦੀ ਸਰਕਾਰ ਸੀ, ਉਹ ਤੇ ਉਹਨਾਂ ਦੇ ਆਪਣੇ ਸੀ, ਇਹਨਾਂ ਦੀ ਆਪਦੀ ਸਰਕਾਰ ਸੀ 5-6 ਮਹੀਨੇ ਪਹਿਲਾਂ। ਮੈਂ ਸਮਝ ਲਾਂ, ਮੈਨੂੰ ਪਤਾ ਨਹੀਂ, ਸਰਕਾਰ ਨੇ ਪੂਰਾ ਸੋਚ ਵਿਚਾਰ ਕਰਨ ਤੋਂ ਬਾਦ ਕੀਤਾ ਹੈ, ਜਲਦਬਾਜ਼ੀ 'ਚ ਲਿਆ ਹੋਇਆ ਫੈਸਲਾ ਨਹੀਂ, ਬਹੁਤ ਗੰਭੀਰਤਾ ਨਾਲ ਲਿਆ ਹੋਇਆ ਫੈਸਲਾ। ਔਰ ਮੈਂ ਇੱਕ ਚੀਜ਼ ਹੋਰ ਕਹਿਣਾ, ਆ ਕਾਂਗਰਸ ਜਿਹੜਾ ਕਹਿੰਦੀ ਹੈ ਨਾ ਕਿ ਬੁਰਹਾਨ ਵਾਨੀ ਸ਼ਹੀਦ ਆ, ਇਹ ਇਹਨਾਂ ਦੇ ਵੀ ਵਿਚਾਰ ਮੈਂ ਨਹੀਂ ਕਹਿੰਦਾ, ਨਹੀਂ ਹੁਣ ਮੈਂ ਨਹੀਂ ਕਹਾਂਗਾ, ਮੈਂ ਪ੍ਰੋਫੈਸਰ ਸਾਹਿਬ ਨੂੰ ਕੋਈ ਕਹਿੰਦਾ ਧਾਰਾ, ਮੈਂ ਬਿਲਕੁਲ ਨਹੀਂ ਕਹਾਂ, ਦੇਖੋ ਦੇਖੋ ਹਸਦਾਰ ਉਹ ਲੋਕ ਕਹਿ ਰਹੇ ਯਾਰ, ਨਾ ਕਰੋ, ਮੈਂ ਲੋਕ ਸੁਣ ਲੈਣਗੇ, ਲੋਕਾਂ ਨੂੰ ਪਤਾ ਕੀ ਗੱਲ ਕਹਿੰਦੇ ਆ। 1.5 ਲੱਖ ਉੱਥੇ ਨੌਜਵਾਨ ਮਾਰਿਆ ਜਾ ਚੁੱਕਾ ਆ ਔਰ 21,000 ਲੋਕ ਲਾਪਤਾ ਹੈ ਜਿਨ੍ਹਾਂ ਦੇ ਘਰੇ ਨਹੀਂ ਗਏ, ਮੁੜ ਕੇ ਪਤਾ ਨਹੀਂ ਲੈ ਗਏ, ਮੁੜ ਕੇ ਇਹਦੇ ਬਾਰੇ ਡਾਟਾ ਕਿੱਥੋਂ ਲਿਆ? 6 ਮਹੀਨਿਆਂ 'ਚ ਮਾਰੇ, ਬਿਲਕੁਲ ਨਹੀਂ 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 ਪਿਛਲੇ 30 ਸਾਲਾਂ ਦੀ ਗੱਲ, ਮੈਂ ਕਹਿ ਰਿਹਾ 30 ਸਾਲਾਂ ਦੀ ਗੱਲ, ਮੈਂ ਇਹ ਨਹੀਂ ਕਹਿ ਰਿਹਾ ਕਿ ਹੁਣੇ ਹੋਇਆ, ਪਰ ਉਹ ਬੰਦੇ ਕਿਵੇਂ ਭੁੱਲਣਗੇ ਸਾਰੀਆਂ ਗੱਲਾਂ? ਮੈਂ ਤੁਹਾਨੂੰ ਗੱਲ ਇਹ ਕਹਿ ਰਿਹਾ ਕਿ ਪਿਛਲੇ ਜਿਹੜੇ 30-40 ਸਾਲਾਂ ਦੇ ਵਿੱਚ ਇੰਨੇ ਬੰਦੇ ਜਿਹੜੇ ਲਾਪਤਾ ਹੋ ਗਿਆ, ਮੈਂ ਘਰਾਂ 'ਚੋਂ ਗਿਣਤੀ ਕੋਸ਼ਿਸ਼ ਕੀਤੀ ਕਿ ਕੋਈ ਘਰ ਇਹੋ ਜਿਹਾ ਮਿਲੇ ਜਿਹਦੇ 'ਚ ਕੋਈ ਐਟਰੋਸਿਟੀ ਨਾ ਹੋਈ ਹੋਵੇ। ਹਰ ਮੈਂ 50 ਘਰਾਂ ਦੀ ਗਿਣਤੀ ਕਰਨ ਤੋਂ ਬਾਅਦ ਮੈਂ ਚੁੱਪ ਕਰ ਗਿਆ, ਹਰ ਘਰ ਦੇ ਅੰਦਰ ਕੋਈ ਰੇਪ, ਕੋਈ ਮਰਡਰ, ਕੋਈ ਡਿਸਅਪੀਅਰਡ, ਮਤਲਬ ਕੋਈ ਘਰ ਖਾਲੀ ਨਹੀਂ ਜਿਹੜਾ ਵਿਕਟਿਮ ਨਹੀਂ ਹੋ। ਫਿਰ ਤੁਸੀਂ ਕਹਿੰਦੇ ਹੋ ਤੁਹਾਡਾ ਗੁਣਗਾਇਨ ਕਰਨਗੇ, ਤੁਹਾਨੂੰ ਵੋਟਾਂ ਪਾਉਣਗੇ। ਮੈਨੂੰ ਪ੍ਰਸ਼ਨ ਸੀ, ਇੱਕ ਚੀਜ਼ ਸਮਝਾ ਦਿਓ, ਇੱਕ ਚੀਜ਼ ਸਮਝਾ ਦਿਓ, ਹੁਣ ਇਹ ਜਿਹੜਾ ਵਿਰੋਧ ਹੋ ਰਿਹਾ ਉਹ ਕਿਸ ਚੀਜ਼ ਦਾ ਹੋ ਰਿਹਾ? ਧਾਰਾ 370 ਹਟਾਉਣ ਦਾ ਵਿਰੋਧ ਹੋ ਰਿਹਾ ਜਾਂ ਕਸ਼ਮੀਰ ਦੇ ਮੌਜੂਦਾ ਹਾਲਾਤਾਂ ਤੇ ਵਿਰੋਧ ਹੋ ਰਿਹਾ? ਕਿਹਦੇ ਵੱਲੋਂ? ਜਿਹੜੀਆਂ ਪਾਰਟੀਆਂ ਆਪਸ ਵਿੱਚ ਭਿੜ ਰਹੀਆਂ। ਨਹੀਂ ਨਹੀਂ ਹੁਣ ਤੇ ਵਿਰੋਧ ਕਿਸ ਚੀਜ਼ ਦਾ? ਦੇਖੋ ਮੈਨੂੰ ਨਹੀਂ ਪਤਾ ਕਿ ਹੁਣ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਨੇ ਕੀ ਕਹਿਤਾ, ਬਹੁਤੀਆਂ ਨੇ ਤੇ ਸਪੋਰਟ ਕਰਤਾ, ਕਾਂਗਰਸ ਦੇ ਵੀ ਇੱਕ ਸੈਕਸ਼ਨ ਨੇ ਸਪੋਰਟ ਕਰਤਾ ਕਿ ਧਾਰਾ 370 ਹਟਣੀ ਚਾਹੀਦੀ, ਹੁੱਡਾ ਨੇ ਕਰਤਾ, ਕੇਜਰੀਵਾਲ ਨੇ ਵੀ ਕਰਤਾ, ਕੁਛ ਜਿਹੜੀਆਂ ਪਾਰਟੀਆਂ ਸਿਰਫ ਤੇ ਸਿਰਫ ਜੇ ਉਹ ਅੱਜ ਕਸ਼ਮੀਰੀ ਖੁਸ਼ ਆ ਸਾਰੇ ਤਾਂ ਉਹ ਪੰਜਾਬ ਦੇ ਉੱਤੇ ਖੁਸ਼ ਆ, ਕਹਿੰਦੇ ਕਿ ਪੰਜਾਬ ਦੇ ਜ਼ਿਲ੍ਹਿਆਂ ਲੈਵਲ ਦੇ ਉੱਤੇ ਵੱਡੇ ਮੁਜ਼ਾਹਰੇ ਕਰਕੇ ਤੇ ਧਾਰਾ 370 ਦਾ ਵਿਰੋਧ ਕੀਤਾ ਗਿਆ। ਇੰਡੀਆ 'ਚ ਕਿਤੇ ਵੀ ਹੋਰ ਓਡਾ ਵੱਡਾ ਤੁਹਾਡੇ ਤੇ ਕਾਂਗਰਸ ਮੰਡੀ ਹੋਈ ਹੈ ਧਾਰਾ 370? ਦੇਖੋ ਮੈਂ ਤੁਹਾਨੂੰ ਕਹਿੰਦਾ, ਧਾਰਾ 370 ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਕਿਸੇ ਦਿਨ ਖਤਮ ਹੋਣੀ ਸੀ ਉਹਦੀ, ਪਰ ਇੱਕ ਪ੍ਰਕਿਰਿਆ ਸੀ ਉਹਦੀ, ਉਹਦੀ ਇੱਕ ਪ੍ਰਕਿਰਿਆ ਸੀ, ਪ੍ਰੋਸੀਜਰ ਸੀ, 70 ਹਟਣੀ ਤਾਂ ਚਾਹੀਦੀ ਸੀ ਕਾਂਗਰਸ ਦੇ ਮੰਨਦੀ ਹੈ, ਉਹ ਇੱਕ ਪ੍ਰੋਸੀਜਰ ਸੀ ਉਹਦਾ। ਅਸੀਂ ਪ੍ਰੋਸੀਜਰ ਨੂੰ ਕਹਿੰਦੇ ਨਹੀਂ, ਕਾਂਗਰਸ ਕਿਉਂ ਮੰਨਦੀ ਹੈ ਧਾਰਾ 370 ਹਟਣੀ ਚਾਹੀਦੀ ਸੀ? ਮੈਂ ਤੁਹਾਨੂੰ ਦੱਸਦਾ, ਨਹੀਂ ਪ੍ਰੋਸੀਜਰ ਛੱਡ ਦਿਓ, ਤੁਸੀਂ ਧਿਆਨ ਨਾਲ, ਨਹੀਂ ਪ੍ਰੋਸੀਜਰ ਦਾ ਸਵਾਲ ਚੁੱਕ ਲੈ ਕਿੰਗਰ ਸਾਹਿਬ, ਮੇਰੇ ਇੱਕ ਸਵਾਲ ਦਾ ਜਵਾਬ ਦਿਓ, ਧਾਰਾ 370 ਹਟਣੀ ਕਿਉਂ ਚਾਹੀਦੀ ਸੀ ਕਾਂਗਰਸ ਇਹ ਕਿਉਂ ਮੰਨਦੀ ਹੈ? ਦੇਖੋ ਪਹਿਲੀ ਗੱਲ ਤਾਂ ਧਾਰਾ 370 ਆਈ ਕਿਉਂ,
संविधान दे विच नहीं हटनी कुछ नहीं लैके आया नेहरू लैके आया नेहरू उन्होंने नेहरू ते सवाल खड़े किए परिस्थितियां अट सी उस वेले नहीं हटनी क्यों चाहिए उस वेले कौन कांग्रेस स्टैंड किया हटने क्यों चाहिए साडा जेड़ा एक्ट ऑफ इंडिपेंडेंस सी उन्हें राजे आजाद कर देते सी उन्होंने रियासतां नु मेरे सवाल का किला मेरे सवाल का जवाब आजाद रहो मेरे सवाल का जवाब नहीं दे रहे कांग्रेस सी मैं एक पासे पाकिस्तान लगदा सी धारा 377 च छड्या ही की सी उन्होंने प्रधानमंत्री नु चीफ मिनिस्टर बनाता सदर रियासत जेड़ा प्रेसिडेंट सीगा उन्हें तुसी उन्होंने गवर्नर बनाता कुछ ने छड्या ही कुछ नहीं सी कांग्रेस ने हौली पॉलिटिकल पार्टीज नू ए लाइन क्लियर नहीं है विरोध किस चीज का कर रहे मेरे तो सवाल ही है केड़ी तस्वीर से तकरार हो रहा है आई थिंक पॉलिटिकल पार्टीज दे अपने बड़े वेस्टेड इंटरेस्ट ने इन्होंने अपोज करना ही करना एक दूजे नू आई थिंक वी शुड नॉट गेट इनटू इट माय फोकस इज वेरी क्लियर के भारत ली और कश्मीर दे लोकां लई की चंगा है अगर अगर मोदी साहब दे जिहड़े स्टेप्स उन्होंने लिते ने अगर वो लोंग रन विच शांति लैके आंदे ने कश्मीर विच और इस इशू नू सैटल कर देंदे ने ते भारत ली बहुत वधिया चीज़ है लोंग रन डिफाइन और दुनिया और दुनिया ली लोंग रन की चीज़ है दुनिया ली विश्व ली लोंग रन दस दो चलो ना लोंग रन कितना लोंग रन दस दो दस साल पचास साल सत्तर साल दस महीने कितना लोंग रन फॉर द नेक्स्ट 100 इयर्स 50 इयर्स इट्स फाइन ओके देन इट्स फाइन और इन्हां नू एक चिड़ हैगी है कि अगर ये मोदी साहब दे जिहड़े ये स्टेप्स शांति लियान थ्योरी प्रूव राइट हुए लार्जर पिक्चर इन टू अकाउंट मैं शुरू तो यही कह रहा कि अगर कश्मीर दे लोकी इस गल नू एक्सेप्ट कर लेंगे ता ए कश्मीर विच शांति आ सकती हैगी है अगर कश्मीर दे लोकी इनू नहीं एक्सेप्ट करदे ते अज इन नॉट वेरी फार अवे फ्रॉम टुडे दे विल बी अ मैसिव धमाका इन कश्मीर चलो चलो जो भारत नहीं संभाल सकता बिल्कुल बहुत धन्यवाद विक्रम जी तुहाडा प्रसम जी से तुहाडा बहुत धन्यवाद हरजीत सिंह गरेवाल तुहाडा बहुत धन्यवाद हरदीप सिंह गगरा तुहाडा बहुत धन्यवाद ई सवाल कीता सीगा कित्थे खड़ी कश्मीर दी किश्ती हुण सवाल सियासतदाना दी केड़ी लाइन है उस ते नहीं हैगा सवाल कश्मीरियां ते हैगा कश्मीरी इस धारा 370 दे फैसले नूं किस तरीके नाल एक्सेप्ट कर पाउंदे आ जां नहीं कर पाउंदे ते उस ते भारत सरकार दा की रिएक्शन होना चाहिए सब कुछ उत्थे टिकिया होया सियासत ने अपनी लाइन अख्तियार करनी है पर असी तो लाइन जम्मू कश्मीर दे उन्हां लोकां दी देख रहे हैं जिहड़ी जिहड़े भारत दे नाल किन्ना खड़दे आ ते किस तरीके खड़दे हैगे आ उस तस्वीर नूं देखण लाज़मी हैगा इह किश्ती रुकी हुई है जिहड़ी किश्ती तुसीं मेरे पिछे देख रहे हो जे किश्ती चलूगी तां सानूं लगेगा कि कश्मीर दी किश्ती चलदी पई है क्योंकि इसे किश्ती दे सहारे कश्मीर चलदा ते इसे किश्ती दे सहारे आ जिहड़ी सियासत अपनी लाइन ड्रॉ करदी पई हैगी आ पर पाणी विच लीक नहीं वजदी गी पता नहीं हुण इह लीक मारन वाले कौन हैगे आ ते लीक मिटाउण वाले कौन है फैसला तुसीं सारिआं ने करना हैगा डिबेट दे विच आउण दे लई सारे मेहमानां दा बहुत धन्नवाद